ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਹੋ ਆਈ ਹੋਪ ਤੁਸੀਂ ਸਾਬ ਵਧੀਆ ਹੋਵੋਗੇ ਠੀਕ ਹੈ ਜੀ ਸੋ ਆਪਣਾ ਨਾ ਇੱਕ ਏਟੀਟੀ ਦਾ ਪੇਪਰ ਹੈ ਹਨਾ ਉਹਦੀ ਆਪਾਂ ਤਿਆਰੀ ਕਰ ਰਹੇ ਹਾਂ ਨਾ ਬੱਚੇ ਬੜੇ ਅੱਛੇ ਤਰੀਕੇ ਨਾਲ ਔਰ ਅੱਜ ਆਪਣਾ ਰਾਜੇ ਤੀਸਰਾ ਲੈਕਚਰ ਹੈ ਹਨਾ ਸੋ ਏਜ ਤਰੀਕੇ ਨਾਲ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਵੀਡੀਓ ਨੂੰ ਤੁਸੀਂ ਨਾ ਸਭ ਤੋਂ ਪਹਿਲਾਂ ਪਹਿਲਾਂ ਲਾਈਕ ਕਰ ਦਿਆ ਕਰੋ ਠੀਕ ਹੈ ਇੱਕ ਥੋੜਾ ਪਿਆਰ ਹੀ ਹੁੰਦਾ ਹਨਾ ਸੋ ਤੁਸੀਂ ਆਪਣੀ ਫੀਸ ਸਮਝ ਲਓ ਠੀਕ ਹੈ ਜੀ ਲਾਈਕ ਕਰਿਆ ਕਰੋ ਹਰ ਇੱਕ ਬੱਚੇ ਕਮੈਂਟ ਕਰਿਆ ਕਰੋ ਹਨਾ ਬੱਚੇ ਕਮੈਂਟ ਵੀ ਕਰਦੇ ਪਏ ਨੇ ਓਕੇ ਚਲੋ ਸੋ ਸੋ ਜਿੰਨੇ ਜਿੰਨੇ ਬੱਚਿਆਂ ਨੇ ਈਟੀਟੇ ਦੇ ਵਿੱਚ ਐਡਮਿਸ਼ਨ ਲੈਣੀ ਆ ਹਨਾ ਕਿਹੜੀ ਡਾਈਟ ਦੇ ਵਿੱਚ ਐਡਮਿਸ਼ਨ ਲੈਣੀ ਆ ਤਾਂ ਤੁਸੀਂ ਇਹਨਾਂ ਦਿੱਤੇ ਨੰਬਰਾਂ ਤੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਪੁੱਛ ਕੇ ਚ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਹਨਾ ਸੋ ਆਪਣੇ ਇਹ ਜਿਹੜੇ ਬੱਚੇ ਫਾਈਲ ਕਰਦੇ ਆ ਸੋ ਕਿਰਪਾ ਕਰਕੇ ਆਪਣੇ ਇੰਸਟੀਟਿਊਟ ਆਓ ਠੀਕ ਹੈ ਜੀ ਆਪਾਂ ਉੱਥੇ ਵੀ ਕਲਾਸਾਂ ਲਗਾ ਰਹੇ ਆ ਔਰ ਇਹਦਾ ਮਤਲਬ ਇਹ ਨਹੀਂ ਆ ਵੀ ਇੱਥੇ ਤੁਹਾਨੂੰ ਕਲਾਸਾਂ ਨਹੀਂ ਮਿਲਣਗੀਆਂ ਹਨਾ ਸੋ ਸਾਰਾ ਕੁਝ ਇੱਥੇ ਵੀ ਮਿਲੂਗਾ ਇੱਕ ਬੱਚੇ ਦਾ ਕੱਲ ਕਮੈਂਟ ਆਇਆ ਸੀ ਕੀ ਕੀ ਸਰ ਜੀ ਤੁਸੀਂ ਸਿਰਫ ਜੀਕੇ ਕਰਾਉਂਗੇ ਕਿ ਮੈਥ ਵੀ ਕਰਵਾਉਂਗੇ ਬੇਟਾ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਤੁਹਾਨੂੰ ਸਾਰੇ ਤੇ ਸਾਰੇ ਸਬਜੈਕਟ ਕਰਵਾਏ ਜਾਣਗੇ ਠੀਕ ਹੈ ਹੁਣ ਆਪਾਂ ਇੱਕ ਵਾਰੀ ਜੀਕੇ ਦੀਆਂ ਕਲਾਸਾਂ ਲਗਾ ਰਹੇ ਹਾਂ ਫਿਰ ਇਹਦੇ ਨਾਲ ਆਪਾਂ ਮੈਥੀ ਦੀਆਂ ਕਲਾਸਾਂ ਵੀ ਸ਼ੁਰੂ ਕਰਾਂਗੇ ਹੌਲੀ ਹੌਲੀ ਆਪਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਖਤਮ ਕਰਾਂਗੇ ਕਿਉਂਕਿ ਕੋਈ ਲੰਮਾ ਚੌੜਾ ਸਿਲੇਬਸ ਨਹੀਂ ਹੈਗਾ ਹਨਾ ਬੜਾ ਛੋਟਾ ਜਿਹਾ ਸਿਲੇਬਸ ਹੈ ਬੜੇ ਅੱਛੇ ਤਰੀਕੇ ਨਾਲ ਆਪਾਂ ਕਲਾਸਿਸ ਕਰਾਂਗੇ ਠੀਕ ਹੈ ਜੀ ਚਲੋ ਜੀ ਤੋਂ ਆਪਣਾ ਚੈਨਲ ਹੈ ਹਨਾ ਸਾਰੇ ਬੱਚਿਆਂ ਨੇ ਪਿਆਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਇਹ ਕਰ ਲੈਣਾ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿ ਇਦੇ ਉੱਪਰ ਤੁਹਾਨੂੰ ਦੇਖੋ ਕਰੰਟ ਅਫੇਅਰ ਦੇ ਕਲਾਸ ਵੀ ਆਪਾਂ ਕੰਟੀਨਿਊ ਕਰਾਂਗੇ ਹਨਾ ਸੋ ਅਗਰ ਤੁਸੀਂ ਪਲੇਲਿਸਟ ਦੇ ਵਿੱਚ ਜਾਉਂਗੇ ਨਾ ਸੋ ਪੰਜਾਬ ਪੁਲਿਸ ਦੇ ਨਾਲ ਰਿਲੇਟਡ ਕਲਾਸਾਂ ਮਿਲ ਲਈਆਂ ਮਤਲਬ ਬਹੁਤ ਕੁਝ ਇਸ ਚੈਨਲ ਤੋਂ ਤੁਹਾਨੂੰ ਮਿਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਸੋ ਬਿਲਕੁਲ ਚਿੰਤਾ ਨਹੀਂ ਕਰਨੀ ਹਾਂ ਸਭ ਤੋਂ ਇੰਪੋਰਟੈਂਟ ਗੱਲ ਦੇਖੋ ਮੈਂ ਇੱਕ ਨਾ ਤੁਹਾਨੂੰ WhatsApp ਦਾ ਗਰੁੱਪ ਬਣਾ ਕੇ ਦੇ ਦਿੱਤਾ ਠੀਕ ਹੈ ਜੀ ETT ਇੰਟਰੈਂਸ ਲਿਖਤਾ ਉੱਤੇ ਮੈਂ ਹਨਾ ਸੋ ਇਹ ਆਪਣਾ ਹੁਣ ਦਾ ਗਰੁੱਪ ਨਹੀਂ ਰਹੂਗਾ ਇਹ ਇਹਦੇ ਵਿੱਚ ਤੁਹਾਨੂੰ ਇੱਕ ਮਾਸਟਰ ਬਣਾ ਕੇ ਆਪਾਂ ਕੱਢਾਂਗੇ ਤੁਹਾਨੂੰ ਇੱਥੋਂ ਮਤਲਬ ਟੀਚਰ ਪ੍ਰਾਇਮਰੀ ਟੀਚਰ ਹਨ ਕਿਉਂਕਿ ਆਪਣੇ ਅੰਦਰ ਆਪਾਂ ETT ਦਾ ਇੰਟਰੈਂਸ ਟੈਸਟ ਦੀ ਤਿਆਰੀ ਕਰਾਂਗੇ ਹਨ ਇਸ ਤੋਂ ਬਾਅਦ ਫਿਰ ਆਪਾਂ PSAT 1 ਦੀ ਤਿਆਰੀ ਕਰਾਂਗੇ ਜੋ ਕਿ ਆਪਣੇ ਐਪ ਦੇ ਉੱਪਰ ਸਾਨੂੰ ਕੋਰਸਸ ਵੀ ਮਿਲਣਗੇ ਹਨ ਤੇ ਔਰ ਇਸ YouTube ਦੇ ਆਪਾਂ ਸੈਸ਼ਨ ਵੀ ਰੱਖਾਂਗੇ ਫਿਰ ਆਪਾਂ ਸੈਕੰਡ ETT ਦੀ ਵੀ ਤਿਆਰੀ ਕਰਾਂਗੇ ਹਨ ਸੋ ਇਹ ਇਹ ਮਤਲਬ ਤੁਸੀਂ ਅੱਜ ਜੁਆਇਨ ਕਰ ਲਓ ਆਪਾਂ 2026 ਤੱਕ ਤੁਸੀਂ ਮੇਰੇ ਨਾਲ ਚੱਲਣਾ ਮਤਲਬ 2-3 ਸਾਲਾਂ ਦਾ ਹਨ ਤੁਸੀਂ ਮੇਰੇ ਮਿੱਤਰ ਬਣ ਜਾ ਰਹੇ ਹੋ ਸੋ ਮੇਰੇ ਭੈਣ ਔਰ ਜਿਹੜੀਆਂ ਭੈਣਾਂ ਨੇ ਤੁਸੀਂ ਇਸ ਗਰੁੱਪ ਦਾ ਲਿੰਕ ਮੈਂ ਹੇਠੇ ਡਿਸਕ੍ਰਿਪਸ਼ਨ ਵਿੱਚ ਦੇਵਾਂਗਾ ਤੁਸੀਂ ਜੁਆਇਨ ਕਰ ਲਿਓ ਹਨਾ ਕੋਈ ਵੀ ਦਿੱਕਤ ਆ ਤੁਸੀਂ ਇੱਥੇ ਕਮੈਂਟ ਕਰ ਸਕਦੇ ਹੋ ਹਨਾ ਸੋ ਬੇਚਿੰਤ ਹੋ ਕੇ ਮੇਰੇ ਨਾਲ ਤਿਆਰੀ ਕਰਨੀ ਹੈ ਹਨਾ ਸੋ ਬਿਲਕੁਲ ਚਿੰਤਾ ਨਹੀਂ ਕਰਨੀ ਕੰਟੈਂਟ ਤੁਹਾਨੂੰ ਬਿਲਕੁਲ ਜੈਨੂਇਨ ਮਿਲੇਗਾ ਠੀਕ ਹੈ ਉਹ ਕਹਿੰਦੇ ਹੁੰਦੇ ਨੇ ਨਾ ਕਿ ਨੋ ਬਕਵਾਸ ਸਿੱਧਾ ਸਿੱਧੀ ਬਾਤ ਹਨਾ ਸੋ ਉਹ ਗੱਲ ਕਰਾਂਗੇ ਆਪਾਂ ਠੀਕ ਹੈ ਜੀ ਚਲੋ ਜੀ ਅੱਜ ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਅੱਜ ਦਾ ਗਰੂਪ ਪੀਰੀਅਡ ਦਾ ਲਾਸਟਲਾ ਦਿਨ ਆਪਣਾ ਅੱਜ ਮਤਲਬ ਦੋ ਲੈਕਚਰ ਤੁਹਾਨੂੰ ਕਰ ਲਿਆ ਆਪਾਂ ਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਨਾ ਤੁਸੀਂ ਨੋਟਸ ਜ਼ਰੂਰ ਬਣਾ ਕੇ ਰੱਖਣੇ ਨੇ ਬਾਈ ਬਣ ਕੇ ਬਾਸ ਮੇਰੀ ਇੱਕੋ ਗੱਲ ਤੁਸੀਂ ਗੌਰ ਕਰਿਓ ਨੋਟਸ ਬਣਾਉਣੇ ਨੇ ਠੀਕ ਹੈ ਜੀ ਅਗਰ ਤੁਸੀਂ ਨੋਟਸ ਨਹੀਂ ਬਣਾਉਂਗੇ ਤਾਂ ਲੈਕਚਰ ਸੁਣਿਆ ਸੁਣਾਇਆ ਮਿੱਟੀ ਹੋ ਜਾਊਗਾ ਆਫਟਰ 2-3 ਦਿਨਾਂ ਦੇ ਬਾਅਦ ਠੀਕ ਹੈ ਜੀ ਸੋ ਸਾਡੇ ਐਕਸਪੀਰੀਅੰਸ ਨੇ ਹਨਾ ਸੋ ਬੜੇ ਲੰਮੇ ਚਿਰ ਤੋਂ ਅਸੀਂ ਪੜਾ ਰਹੇ ਆਂ ਠੀਕ ਹੈ ਤੇ ਬੜੇ ਲੰਮੇ ਚਿਰ ਤੋਂ ਅਸੀਂ ਪੜ੍ਹ ਵੀ ਰਹੇ ਆਂ ਸੋ ਸਾਡਾ ਵੀ ਐਕਸਪੀਰੀਅੰਸ ਇਹੀ ਕਹਿੰਦਾ ਹੈ ਹਨਾ ਸੋ ਨੋਟਸ ਤੁਸੀਂ ਜ਼ਰੂਰ ਬਣਾਉਣੇ ਨੇ ਠੀਕ ਹੈ ਚਲੋ ਜੀ ਸੋ ਜਿਹੜੀਆਂ ਗੱਲਾਂ ਮੈਂ ਬੋਲਦਾ ਹੁੰਨਾ ਤੁਸੀਂ ਉਹ ਵੀ ਨਾਲ-ਨਾਲ ਨੋਟ ਕਰਨੀਆਂ ਨੇ ਹਣਾ ਸੋ ਚਲੋ ਦੇਖੋ ਜੀ ਆਪਣਾ ਫਰਸਟ ਕੁਐਸਚਨ ਕੀ ਕਹਿੰਦਾ ਜੀ ਉਹ ਕਹਿੰਦਾ ਕਿ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਦੀ ਸਥਾਪਨਾ ਕੀਤੀ ਦੇਖੋ ਸਾਰੇ ਗੁਰੂਆਂ ਦੇ ਅੱਜ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੇ-ਕਿਹੜੇ ਗੁਰੂ ਨੇ ਕਿਹੜੇ-ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਹੈ ਕਾਪੀਆਂ ਦੇ ਉੱਪਰ ਤੁਸੀਂ ਬੜੇ ਟੱਕ ਟੱਕ ਹੀ ਲਗਾ ਕੇ ਤੁਸੀਂ ਸੁਣ ਲੈਣਾ ਓਕੇ ਦੇਖੋ ਜੀ ਜੇਕਰ ਮੈਂ ਗੱਲ ਕਰਾਂ ਜੀ ਪਹਿਲੇ ਗੁਰੂ ਸਹਿਬਾਨ ਦੀ ਹਣਾ ਤਾਂ ਉਹਨਾਂ ਨੇ ਤਾਂ ਕਰਤਾਰਪੁਰ ਸਾਹਿਬ ਸਾਇਆ ਸੀਗਾ ਹਣਾ ਆਪਾਂ ਨੂੰ ਯਾਦ ਹੀ ਹੈਗਾ ਹਣਾ ਚਲੋ ਦੂਸਰੇ ਗੁਰੂ ਸਹਿਬਾਨ ਨੇ ਕਿਹੜਾ ਵਸਾਇਆ ਜੀ ਆਪਣਾ ਖੰਡੂਰ ਸਹਿ ਬਚਾਇਆ ਹਨਾ ਸੋ ਆਪਣਾ ਏ ਆਪਸ਼ਨ ਕੀ ਬਣ ਜੂਗਾ ਜੀ ਆਨਸਰ ਬਣ ਜੂਗਾ ਜੇਕਰ ਮੈਂ ਤੀਸਰੇ ਗੁਰੂ ਸਹਿਬਾਨ ਦੀ ਗੱਲ ਕਰਾਂ ਠੀਕ ਹੈ ਨਾ ਤਾਂ ਉਹਨਾਂ ਨੇ ਫਿਰ ਕਿਹੜਾ ਸ਼ਹਿਰ ਵਸਾਇਆ ਸੀਗਾ ਤੇ ਆਪਾਂ ਕੱਲ ਪੜ੍ਹ ਕੇ ਆਏ ਆ ਕਿਹੜਾ ਵਸਾਇਆ ਸੀ ਜੀ ਗੋਇੰਦਵਾਲ ਸਹਿਬ ਜਿੱਥੇ ਆਪਣੀ ਕੀ ਬਣਾਈ ਹੈ ਬੋਲੀ ਬਣਾਈ ਗਈ ਹੈ ਹਨਾ 84 ਪੌੜੀਆਂ ਵਾਲੀ ਚੌਥੇ ਗੁਰੂ ਸਹਿਬਾਨ ਦੀ ਗੱਲ ਕਰੀਏ ਤਾਂ ਉੱਥੇ ਕੌਣ ਆ ਜੀ ਅੰਮ੍ਰਿਤਸਰ ਸ਼ਹਿਰ ਵਸਾਇਆ ਚੌਥੇ ਗੁਰੂ ਸਾਹਿਬਾਨ ਨੇ ਪੰਜਵੇਂ ਗੁਰੂ ਸਹਿਬਾਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਅੰਮ੍ਰਿਤਸਰ ਸੋਰੀ ਉਹਨਾਂ ਨੇ ਤਰਨਤਾਰਨ ਦੀ ਦੀ ਸਥਾਪਨਾ ਕੀਤੀ ਹੈ ਤੁਹਾਨੂੰ ਯਾਦ ਹੋਣਾ ਚਾਹੀਦਾ ਹੈਗਾ ਓਕੇ ਚਲੋ ਜੇਕਰ ਮੈਂ ਛੇਵੇਂ ਗੁਰੂ ਦੀ ਗੱਲ ਕਰਾਂ ਠੀਕ ਹੈ ਤਾਂ ਉਹਨਾਂ ਦਾ ਨਾਮ ਕੀ ਹੈ ਅੱਛਾ ਤੁਸੀਂ ਸਾਰੇ ਗੁਰੂਆਂ ਦੇ ਨਾਮ ਯਾਦ ਰੱਖ ਲਿਓ ਭਾਈ ਠੀਕ ਹੈ ਨਾ ਯਾਦ ਰੱਖਣੇ ਬਿਲਕੁਲ ਵੀ ਭੁੱਲਣਾ ਨਹੀਂ ਹੈਗਾ ਕੀਪਰ ਤੁਹਾਨੂੰ ਇਹ ਹੀ ਪੁੱਛ ਲੈਣਾ ਕਿ ਚੌਥੇ ਗੁਰੂ ਸਾਹਿਬਾਨ ਦਾ ਨਾਮ ਕੀ ਹੈ ਪੰਜਵੇਂ ਗੁਰੂ ਸਾਹਿਬਾਨ ਦਾ ਨਾਮ ਕੀ ਹੈ ਤੁਸੀਂ ਇਹ ਵੀ ਯਾਦ ਰੱਖ ਲਿਓ ਓਕੇ ਜੇਕਰ ਮੈਂ ਗੱਲ ਕਰਾਂ ਜੀ 6ਵੇਂ ਸੱਚੇ ਪਾਤਸ਼ਾਹ ਨੇ ਕਿਹੜਾ ਸ਼ਹਿਰ ਵਸਾਇਆ ਹਨ ਹਾਂ ਸੱਚ ਚਲੋ ਮੈਂ ਦੱਸ ਦੱਕ ਜਾ ਕੇ ਠੀਕ ਆ ਤੁਹਾਨੂੰ ਬੜਾ ਲਝਾਉਂਦਾ ਨੀਗਾ ਚਲੋ ਅੱਗੇ ਗੱਲ ਕਰਦੇ ਆ ਸਿਟੀ ਕਿਹੜੀ ਹੈ ਜੀ ਕਿਰਤਾਰਪੁਰ ਹੈ ਠੀਕ ਹੈ ਮੈਂ ਕੁਐਸਚਨ ਬਣਾਇਆ ਵੀ ਹੈਗਾ ਇੱਕ ਕਿਰਤਾਰਪੁਰ ਹੈ ਉਹ ਕਿਰਤਾਰਪੁਰ ਹੈ ਹਨਾ ਇਹ ਜਲੰਧਰ ਕੋਲੇ ਹੈ ਠੀਕ ਹੈ ਤਾਂ ਰੂਪਨਗਰ ਕੋਲੇ ਸੋਰੀ ਇਹ ਠੀਕ ਹੈ ਸੋ ਜ਼ਿਲ੍ਹੇ ਚ ਪੈਂਦਾ ਜਲੰਧਰ ਕੋਲੀ ਆਜੂਗਾ ਸੋ ਇਹ ਕਿਹਨਾਂ ਵਸਾਇਆ ਜੀ ਆਪਣਾ 6ਵੇਂ ਗੁਰੂ ਸਹਿਬਾਨ ਨੇ ਵਸਾਇਆ ਹੈਗਾ ਓਕੇ 7ਵੇਂ ਤੇ 8ਵੇਂ ਗੁਰੂ ਸਹਿਬਾਨ ਨੇ ਕੋਈ ਸ਼ਹਿਰ ਨਹੀਂ ਵਸਾਇਆ ਹਨਾ ਇਹ ਵੀ ਤੁਸੀਂ 9ਵੇਂ ਗੁਰੂ ਸਾਹਿਬਾਨ ਨੇ ਅਨੰਤਪੁਰ ਸਾਹਿਬ ਵਸਾਇਆ ਤੇ 10ਵੇਂ ਗੁਰੂ ਸਾਹਿਬਾਨ ਨੇ ਪੌਂਟਾ ਸਾਹਿਬ ਵਸਾਇਆ ਤੇ ਇੱਕ ਮੁਕਤਸਰ ਸਾਹਿਬ ਆ ਗਿਆ ਹਨ ਸੋ ਇਹ ਤੁਸੀਂ ਸਾਰੇ ਸਾਰੇ ਯਾਦ ਰੱਖ ਲਿਓ ਮੈਂ ਤੁਹਾਨੂੰ ਗਿਣਾਤੇ ਆ ਹਨਾ ਵੀਡੀਓ ਨੂੰ ਪਾਜ਼ ਕਰਕੇ ਪਿੱਛੇ ਕਰਕੇ ਤੁਸੀਂ ਦੁਬਾਰਾ ਲਿਖ ਲਿਓ ਕਾਪੀਆਂ ਦੇ ਉੱਪਰ ਓਕੇ ਸੋ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਠੀਕ ਹੈ ਜੀ ਚਲੋ ਤਾਂ ਦੇਖੋ ਜੀ ਇਹ ਆਪਣੇ ਦੂਸਰੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਆਪਾਂ ਅੱਗੇ ਵੀ ਚੀਜ਼ਾਂ ਦੇਖਾਂਗੇ ਠੀਕ ਹੈ ਜੀ ਸੋ ਇਹ ਆਪਣੀ ਐਪ ਆ ਹਨਾ ਤੁਸੀਂ ਇਹ ਚਲੋ ਹੁਣ ਤਾਂ ਤੁਹਾਨੂੰ ਜਿਹੜੇ ਪੀਐਸਟੈਟ ਦਾ ਕੋਰਸ ਸ਼ੁਰੂ ਹੋਣ ਜਾ ਰਿਹਾ ਹੈ ਹਨਾ ਅਗਲੇ ਨੈਕਸਟ ਵੀਕ ਤੋਂ ਤਾਂ ਜਿਹੜੇ ਤੁਹਾਡੇ ਮਿੱਤਰ ਨੇ ਭੈਣ ਭਾਈ ਨੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਅਦਰਵਾਈਜ਼ ਇਹਦਾ ਲਿੰਕ ਜਿਹੜਾ ਹੈਗਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਓਕੇ ਚਲੋ ਦੇਖੋ ਜੀ ਸਤੀ ਪ੍ਰਥਾ ਜੇਕਰ ਮੈਂ ਗੱਲ ਕਰਾਂ ਤਾਂ ਕਿਰੇ ਗੁਰੂ ਸਾਹਿਬਾਨ ਨੇ ਪਾਬੰਦੀ ਲਗਾਈ ਸੀਗੀ ਸਤੀ ਪ੍ਰਥਾ ਕਿਹਨੂੰ ਕਹਿੰਦੇ ਸੀਗੇ ਵੀ ਜਦੋਂ ਉਸ ਔਰਤ ਦਾ ਹਸਬੰਡ ਦੀ ਡੈਥ ਹੋ ਜਾਂਦੀ ਸੀ ਹਨਾ ਤਾਂ ਉਸ ਤੋਂ ਬਾਅਦ ਉਹਦੀ ਕੀ ਹੋ ਜਾਂਦੀ ਸੀਗੀ ਉਹਨੂੰ ਅੱਗ ਦੇ ਵਿੱਚ ਜੀਂਦਾ ਹੀ ਸਾਰ ਦਿੱਤਾ ਜਾਂਦਾ ਸੀਗਾ ਠੀਕ ਹੈ ਜੀ ਤਾਂ ਉਹਨੂੰ ਕੀ ਬੋਲਦੇ ਸੀਗੇ ਸਤੀ ਪ੍ਰਥਾ ਔਰ ਇਹ ਤੀਸਰੇ ਗੁਰੂ ਸਹਿਬਾਨ ਨੇ ਇਹ ਕੀ ਕੀਤੀ ਸੀਗੀ ਪਾਬੰਦੀ ਲਗਾਈ ਸੀ ਤੇ ਇਹਨਾਂ ਨੇ ਨਾ ਜਿਹੜੀਆਂ ਜੜੀਆਂ ਵਿਧਵਾ ਔਰਤਾਂ ਸੀਗੀਆਂ ਉਹਦਾ ਦੁਬਾਰਾ ਵਿਆਹ ਕਰਨ ਲਈ ਮਤਲਬ ਵਿਡੋ ਰੀਮੈਰਜ ਕਹਿੰਦੇ ਨੇ ਉਹਨਾਂ ਇੰਗਲਿਸ਼ ਦੇ ਵਿੱਚ ਠੀਕ ਹੈ ਸੋ ਪੰਜਾਬੀ ਵਿੱਚ ਵਿਧਾ ਵਿਧਵਾ ਔਰਤਾਂ ਦਾ ਵੀ ਵਿਆਹ ਸ਼ੁਰੂ ਕਰ ਦਿੱਤਾ ਸੀਗਾ ਇਹਨਾਂ ਗੁਰੂ ਸਹਿਬਾਨ ਨੇ ਠੀਕ ਹੈ ਸੋ ਤੀਸਰੇ ਗੁਰੂ ਸਹਿਬਾਨ ਨੇ ਹਨਾ ਔਰ ਇਹਨਾਂ ਦਾ ਜਨਮ ਕਦੋਂ ਹੁੰਦਾ ਸੋ ਮੈਂ ਜਨਮ ਚਾਹਤ ਜਰੂਰ ਦੱਸੂਗਾ ਲਾਲ ਲਾਲ ਤੀਸਰੇ ਗੁਰੂ ਸਹਿਬਾਨ ਦਾ ਜਨਮ ਹੁੰਦਾ ਹੈ ਜੀ 1469 ਸੋਰੀ 79 ਤੋਂ ਲੈ ਕੇ ਆਪਣਾ 1574 ਤੱਕ ਹੁੰਦਾ ਹੈ ਠੀਕ ਹੈ ਜੀ ਇਹ ਤੀਸਰੇ ਗੁਰੂ ਸਾਹਿਬਾਨ ਦਾ ਇੱਕ ਟਨਿਓਰ ਹੈ ਹਨ ਸੋ ਇਹ ਵੀ ਤੁਸੀਂ ਧਿਆਨ ਚ ਰੱਖ ਲਿਓ ਓਕੇ ਜੀ ਸੋ ਸਭ ਤੋਂ ਬਿਰਧ ਗੁਰੂ ਮੰਨੇ ਜਾਂਦੇ ਸੀਗੇ ਹਨ 95 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਦਿਹਾਂਤ ਹੋਇਆ ਸੀ ਜੋਤੀ ਜੋਤ ਸਮਾਈ ਸੀਗੇ ਬਾਕੀ ਸਾਰੀਆਂ ਗੱਲਾਂ ਆਪਾਂ ਕੱਲ ਦੇਖੀਆਂ ਸੀਗੀਆਂ ਸੰਗਤ ਪੰਗਰ ਦੇਖਿਆ ਸੀ 22 ਮੰਝੀਆਂ ਦੇਖੀਆਂ ਸੀ ਹਨ ਇਹਨਾਂ ਦੇ ਰਿਲੇਟਿਡ ਓਕੇ ਸੋ 52 ਆਪਾਂ ਸੱਬ ਮੰਝੀਆਂ ਵੀ ਦੇਖੀਆਂ ਸੀ ਹਨ ਤੇ ਆਨੰਦ ਸਾਹਿਬ ਇਹਨਾਂ ਨੇ ਰਾਗ ਆਮਕਲੀ ਰਾਗ ਦੇ ਵਿੱਚ ਸੀਗਾ ਇਨ ਦੇ ਸਮੇਂ ਤੇ ਕੌਣ ਸੀ ਗੁਰਾਜ ਜੀ ਅਕਬਰ ਰਾਜਾ ਸੀ ਹਨ ਸਾਰੀਆਂ ਗੱਲਾਂ ਆਪਾਂ ਕੱਲ ਦੇਖੀਏ ਨੇ ਕੰਨ ਖੋਲ ਕੇ ਤੁਸੀਂ ਸੁਣਿਆ ਕਰੋ ਹਨ ਜਾਂ ਮੇਰੇ ਪੁਰਾਣੇ ਲੈਕਚਰ ਤੁਸੀਂ ਜ਼ਰੂਰ ਸੁਣਿਓ ਠੀਕ ਹੈ ਤੋ ਅੱਛਾ ਨਾ ਇੱਕ ਗੱਲ ਤੁਸੀਂ ਯਾਦ ਰੱਖ ਲਓ ਮੈਂ ਇਸ ਗਰੁੱਪ ਦੇ ਵਿੱਚ ਨਾ ਤੁਹਾਨੂੰ ਇਸ ਕੱਲ ਆਈ ਥੇ ਕਿ ਨਾ ਮੈਂ ਭੁੱਲ ਗਿਆ ਸੌਰੀ ਤੁ ਮੈਂ ਮੰਗਣਾ ਚਾਹਣਾ ਠੀਕ ਹੈ ਸੋ ਤੁਹਾਨੂੰ ਲਿੰਕ ਨਹੀਂ ਦਿੱਤੇ ਮੈਂ ਕੱਲ ਤੁਹਾਨੂੰ ਲਿੰਕ ਵੀ ਮਿਲ ਜਾਣਗੇ ਅੱਜ ਜਿਹੜੇ ਗੁਰੂ ਪੀਰੀਅਡ ਮੈਂ ਪਹਿਲਾਂ ਕਰਾਏ ਹੋਏ ਆ ਓਕੇ ਤੁਸੀਂ ਉਹ ਵੀ ਲੈਕਚਰਸ ਤੁਸੀਂ ਜ਼ਰੂਰ ਲਾ ਕੇ ਦੇਖਿਓ ਓਕੇ ਸੋ ਹਾਇ ਜਿਹੜਾ ਗਰੁੱਪ ਕਿਉਂ ਤੁਹਾਨੂੰ ਜ਼ਰੂਰੀ ਹੈ ਕਿਉਂਕਿ ਇਹਦੇ ਅੰਦਰ ਨਾ ਆਪਾਂ ਫਿਰ ਲਾਈਵ ਕਲਾਸਾਂ ਲਾਇਆ ਕਰਾਂਗੇ ਆਪਾਂ ਹੌਲੀ ਹੌਲੀ ਜਦੋਂ ਪੇਪਰ ਆਪਣਾ ਨੇੜੇ ਆ ਗਿਆ ਨਾ ਸੋ ਉਦੋਂ ਫਿਰ ਆਪਾਂ ਲਾਈਵ ਕਲਾਸਾਂ ਵੀ ਲਗਾਇਆ ਕਰਾਂਗੇ ਠੀਕ ਹੈ ਤਾਂ ਕਰਕੇ ਮੈਂ ਕਹਿੰਦਾ ਸੀਗਾ ਕਿ ਤੁਸੀਂ ਇਸ ਗਰੁੱਪ ਨੂੰ ਤੁਸੀਂ ਜ਼ਰੂਰ ਕੀ ਕਰਨਾ ਹੈਗਾ ਜੁਆਇਨ ਕਰ ਲੈਣਾ ਫਿਰ ਆਪਾਂ ਲਾਈਵ ਕਲਾਸਾਂ ਇਹਦੇ ਅੰਦਰ ਮੈਂ ਲਿੰਕ ਤੁਹਾਨੂੰ ਆਪਾਂ ਗੱਲਬਾਤ ਕਰਿਆ ਕਰਾਂਗੇ ਵੀ ਟਾਈਮ ਤੁਹਾਨੂੰ 6 ਵਜੇ ਚਾਹੀਦਾ ਹੈ 8 ਵਜੇ ਚਾਹੀਦਾ ਹੈ ਨਾ ਸੋ ਸਾਰੀਆਂ ਗੱਲਾਂਬਾਤ ਆਪਾਂ ਇੱਥੇ ਕਰਿਆ ਕਰਾਂਗੇ ਤੁਸੀਂ ਇਹਦੇ ਨਾਲ ਮੇਰੇ ਨਾਲ ਕਨੈਕਟ ਹੋ ਜਾ ਸਕਦੇ ਹੋ ਓਕੇ ਚਲੋ ਜੀ ਨੈਕਸਟ ਕੁਐਸਚਨ ਕੀ ਕਹਿੰਦਾ ਜੀ ਆਪਣਾ ਉਹ ਕਹਿੰਦਾ ਗੁਰਮੁਖੀ ਦੇ ਗੁਰਮੁਖੀ ਮਤਲਬ ਗੁਰਮੁਖੀ ਭਾਸ਼ਾ ਅਗੇ ਦੀ ਗੱਲ ਕਰਦਾ ਆਪਾਂ ਹਨਾ ਸੋ ਉਹਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਸੋ ਬੜਾ ਸੌਖਾ ਜਿਹਾ ਕੁਐਸਚਨ ਪੁੱਛ ਲਿਆ ਹਨਾ ਸੋ ਗੁਰਮੁਖੀ ਜਿਹੜੀ ਆਪਣੀ ਭਾਸ਼ਾ ਹੈ ਗੁਰਮੁਖੀ ਲਿਪੀ ਬੋਲਦੇ ਨੇ ਲਿਪੀ ਤੇ ਲਿਪੀ ਮੈਂ ਚਾਹ ਲਿਖਣਾ ਭੁੱਲ ਗਿਆ ਠੀਕ ਹੈ ਲਿਪੀ ਓਕੇ ਸੋ ਗੁਰਮੁਖੀ ਜਿਹੜੀ ਪੰਜਾਬੀ ਆਪਾਂ ਪੜ੍ਹਦੇ ਆ ਗੁਰਮੁਖੀ ਲਿਪੀ ਪੜ੍ਹਦੇ ਆ ਸੋ ਉਹਦਾ ਜਿਹੜਾ ਹੈਗਾ ਕਿੰਨਾਂ ਨੇ ਕੀਤਾ ਸੀਗਾ ਜੀ ਇਹ ਇੱਕ ਦੂਸਰੇ ਗੁਰੂ ਸਾਹਿਬਾਨ ਚੀਰ ਗੁਰੂ ਅੰ ਠੀਕ ਹੈ ਅ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਲੱਗਦਾ ਆਪਾਂ ਘੜਬੜ ਕਰ ਗਏ ਨਹੀਂ ਨਹੀਂ ਸਹੀ ਹੈ ਠੀਕ ਹੈ ਸੋ ਇਹਨਾਂ ਦਾ ਜਿਹੜਾ ਹੈ ਗੁਰੂ ਅੰਗਰ ਦੇਵ ਜੀ ਆ ਠੀਕ ਹੈ ਸੋ ਇਹਨਾਂ ਦਾ ਜਨਮਕਾਲਤ ਹੁੰਦਾ ਜੀ ਇਹਨਾਂ ਦਾ ਜਨਮ 1504 ਤੋਂ ਲੈ ਕੇ 1552 ਤੱਕ ਹੁੰਦਾ ਹੈ ਠੀਕ ਹੈ ਨਾ ਯਾਦ ਰੱਖ ਲਿਓ ਓਕੇ ਜੀ ਚਲੋ ਜੀ ਸੋ ਆਪਾਂ ਅੱਗੇ ਕਰਦੇ ਹਾਂ ਜੀ ਆਪਣੇ ਸਿੱਖਾਂ ਦੇ ਦੂਸਰੇ ਗੁਰੂ ਨੇ ਹਨ ਸੋ ਗੁਰਮੁਖੀ ਸਕ੍ਰਿਪਟ ਹੈ ਇਹਨਾਂ ਨੇ ਜੀ 62 ਸ਼ਲੋਕ ਲਿਖੇ ਸੀਗੇ ਇਹ ਵੀ ਤੁਸੀਂ ਗੱਲ ਧਿਆਨ ਚ ਰੱਖ ਲਿਓ 62 ਸ਼ਲੋਕ ਓਕੇ ਸੋ ਸਾਰੀਆਂ ਗੱਲਾਂ ਬਾਤਾਂ ਤੁਸੀਂ ਨਾ ਇਦਾਂ ਕਰਿਆ ਕਰੋ ਕਾਪੀ ਦੇ ਉੱਪਰ ਨੋਟ ਕਰਿਆ ਕਰੋ ਜਲਦੀ ਜਲਦੀ ਕਰ ਲਿਆ ਕਰੋ ਹਨਾ ਸੋ ਮੈਂ ਇਦਾਂ ਹੀ ਪੜਾਉਣਾ ਹੁੰਨਾ ਠੀਕ ਹੈ ਸੋ ਚਿੰਤਾ ਨਹੀਂ ਕਰਨੀ ਹੌਲੀ ਹੌਲੀ ਤੁਸੀਂ ਮੇਰੇ ਦੋਸਤ ਮਿੱਤਰ ਬਣ ਜਾਓਗੇ ਜਿਹੜੇ ਬੱਚੇ ਨਵੇਂ ਮੇਰੇ ਨਾਲ ਜੁੜ ਰਹੇ ਆ ਓਕੇ ਜੀ ਚਲੋ ਦੇਖੋ ਜੀ ਹਰਮੰਦਰ ਸਾਹਿਬ ਹਰਿਮੰਦਰ ਸਾਹਿਬ ਦੀ ਜਿਹੜੀ ਜਿਹੜਾ ਹੈਗਾ ਸਾਹਿਬ ਦਾ ਨੀ ਪੱਥਰ ਕਦੋਂ ਰੱਖਿਆ ਗਿਆ ਸੀ ਠੀਕ ਹੈ ਤਾਂ ਕੋ ਹਰਮੰਦਰ ਸਾਹਿਬ ਦਾ ਨੀ ਪੱਥਰ ਦੀ ਗੱਲ ਕਰ ਲਈ ਜੇਕਰ ਮੈਂ ਅੰਮ੍ਰਿਤਸਰ ਦੀ ਗੱਲ ਕਰਾਂ ਜੀ ਅਨਾ ਤਾਂ ਉਹ ਫਿਰ ਆਊਗਾ ਜੀ 1577 ਦੇ ਵਿੱਚ ਠੀਕ ਹੈ ਅੰਮ੍ਰਿਤਸਰ ਦੀ ਨਹੀਂ ਹੈ ਮੈਂ ਗੱਲ ਕਰ ਰਿਆਂ ਜੀ ਹਰਮੰਦਰ ਸਾਹਿਬ ਦੀ ਤਾਂ ਆਂਸਰ ਬਣੂਗਾ ਜੀ ਆਪਣਾ ਬੀ ਆਪਸ਼ਨ ਆਂਸਰ ਬਣ ਜੂਗਾ ਠੀਕ ਹੈ ਨਾ ਜੇਕਰ ਮੈਂ ਗੱਲ ਕਰੂੰਗਾ ਜੀ 1601 ਦੇ ਵਿੱਚ ਕੀ ਹੋਇਆ ਸੀ ਇਹ ਬਣ ਕੇ ਤਿਆਰ ਹੋ ਗਿਆ ਸੀਗਾ ਹਣਾ ਤੁਸੀਂ ਇਹ ਵੀ ਗੱਲ ਧਿਆਨ ਤੇ ਵਿੱਚ ਰੱਖ ਲਿਓ ਠੀਕ ਹੈ ਜੀ ਜੇਕਰ ਮੈਂ ਗੱਲ ਕਰੂੰਗਾ ਜੀ 1604 ਕਿਉਂ ਲਿਖਿਆ ਹੋਇਆ ਮੈਂ ਆਪਸ਼ਨਸ ਇਦਾਂ ਹੀ ਲੈ ਕੇ ਆਉਣਾ ਹੁਣ ਤਾਂ ਇਹਦੇ ਵਿੱਚ ਕੀ ਆ ਜੇ ਆਪਣਾ ਆਦ ਗ੍ਰੰਥ ਦੀ ਸਥਾਪਨਾ ਹੋਈ ਸੀਗੀ ਠੀਕ ਹੈ ਜੀ ਆਦ ਗ੍ਰੰਥ ਦੀ ਓਕੇ ਆ ਗ੍ਰੰਥ ਪਾਇਆ ਹਨਾ ਠੀਕ ਹੈ ਯਾਦ ਕਰ ਲਿਓ ਸੋ ਇਹ ਸਾਰੇ ਪੁਆਇੰਟ ਦੱਸਤੇ ਆਪਸ਼ਨ ਨੰਬਰ ਬੀ ਆਪਣਾ ਆਨਸਰ ਹੈ ਜੀ ਠੀਕ ਹੈ ਜੀ ਸੋ ਹਰਮੰਦਰ ਸਾਹਿਬ ਅੱਛਾ ਹਰਮੰਦਰ ਸਾਹਿਬ ਦੀ ਨੀ ਕਿਸ ਗੁਰੂ ਨੇ ਰਖਾਈ ਸੀਗੀ ਜੀ ਤਾਂ ਪੰਜਵੇਂ ਗੁਰੂ ਸਾਹਿਬਾਨ ਨੇ ਠੀਕ ਹੈ ਜੀ ਇਹਨਾਂ ਦੇ ਸਮੇਂ ਕੋਕੀਨਨ ਕਿਸ ਤੋਂ ਨੀ ਰਖਵਾਈ ਸੀਗੀ ਤਾਂ ਉਹਦਾ ਕੀ ਆ ਜੀ ਸਾਈ ਮੀਆਂ ਮੀਰ ਹੈ ਓਕੇ ਸਾਈ ਮੀਆਂ ਮੀਰ ਓਕੇ ਜੀ ਜੋ ਮੁਸਲਿਮ ਫਕੀਰ ਮੰਨੇ ਜਾਂਦੇ ਰਹੇ ਹਨਾ ਸੋ ਇਹਦਾ ਤੁਸੀਂ ਯਾਦ ਰੱਖ ਲਿਓ ਧਿਆਨ ਕਰ ਲਿਓ ਪੰਜਵੇਂ ਗੁਰੂ ਸਾਹਿਬਾਨ ਨੇ ਚੌਥੇ ਗੁਰੂ ਸਾਹਿਬਾਨ ਨੇ ਕੀ ਕੀਤਾ ਸੀਗਾ ਜੀ ਇਹਨਾਂ ਨੇ ਅੰਮ੍ਰਿਤਸਰ ਦਾ ਸ਼ਹਿਰ ਦੀ ਸਥਾਪਨਾ ਕੀਤੀ ਸੀ ਠੀਕ ਹੈ ਸ਼ਹਿਰ ਦੀ ਨੀਂਹ ਰੱਖੀ ਸੀਗੀ 1500 ਤੇ 77 ਦੇ ਵਿੱਚ ਠੀਕ ਹੈ ਨਾ ਸੋ ਮੇਰਾ ਬਾਈ ਬਣ ਕੇ ਸਾਰੇ ਕੁਐਸਚਨ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਿੱਖਾਂ ਦੇ ਪਹਿਲੇ ਗੁਰੂ ਕੌਣ ਸੀਗੇ ਹੂੰ ਸਿੱਖਾਂ ਦੇ ਪਹਿਲੇ ਗੁਰੂ ਕੌਣ ਸੀਗੇ ਨਾ ਸੋ ਇਹਦਾ ਆਨਸਰ ਕੀ ਬਣੂਗਾ ਜੀ ਆਪਣਾ ਗੁਰੂ ਨਾਨਕ ਦੇਵ ਜੀ ਹੈ ਨਾ ਕੱਲ ਆਪਾਂ ਕਰਕੇ ਆਏ ਸੀ ਨਾ ਇਹ ਕੁਐਸਚਨ ਸੋ ਬੜਾ ਸਿੰਪਲ ਦਾ ਕੁ ਮੇਰਾ ਮਕਸਦ ਇਹ ਇਸ ਕੁਐਸਚਨ ਨੂੰ ਲੈ ਕੇ ਆਉਂਦਾ ਇਨਾਂ ਦੇ ਸਮੇਂ ਨਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਜਦੋਂ ਨਾ ਗੁਰੂ ਨਾਨਕ ਦੇਵ ਜੀ 7 ਸਾਲਾਂ ਦੇ ਹੋਏ ਸੀਗੇ ਹਨਾ ਤਾਂ ਉਦੋਂ ਇਹ ਪੜਨ ਵਾਸਤੇ ਗਏ ਸੀ ਕਿੰਨਾਂ ਕੋਲੇ ਜੀ ਪੰਡਿਤ ਗੋਪਾਲ ਕੋਲ ਗਏ ਸੀਗੇ ਠੀਕ ਹੈ ਗੋਪਾਲੇ ਕੋਲੇ ਹਨਾ ਸੋ ਜਿਹੜਾ ਨੂੰ ਪੰਦਾ ਵੀ ਕਹਿੰਦੇ ਸੀਗੇ ਤਾਂ ਪੰਡਿਤ ਗੋਪਾਲ ਕੋਲ ਗਏ ਸੀਗੇ ਜਦੋਂ ਇਹਨਾਂ ਨੇ ਇਹਨਾਂ ਕੋਲ ਕੀ ਕੀ ਪੜ੍ਹੇ ਸੀ ਜੇ ਇਹ ਇਹ ਪੜ੍ਹੇ ਸੀ ਹਿੰਦੀ ਤੇ ਮੈਥ ਪੜ੍ਹੇ ਸੀਗੇ ਠੀਕ ਹੈ ਯਾਦ ਰੱਖ ਲਿਓ ਫਿਰ ਇਹ ਗਏ ਸੀਗੇ ਜੀ ਇਹ ਬ੍ਰਿਜਨਾਥ ਕੋਲੇ ਠੀਕ ਹੈ ਬ੍ਰਿਜਨਾਥ ਕੋਲੇ ਨਾ ਉਹਨਾਂ ਕੋਲ ਕੀ ਪੜਨ ਗਏ ਸੀਗੇ ਸੰਸਕ੍ਰਿਤ ਪੜਨ ਗਏ ਸੀਗੇ ਓਕੇ ਫਿਰ ਗਏ ਸੀ ਜੀ ਮੌਲਵੀ ਕুতਬਉਦੀਨ ਠੀਕ ਹੈ ਕুতਬਉਦੀਨ ਠੀਕ ਹੈ ਫਿਰ ਤੁਸੀਂ ਇਹ ਵੀ ਯਾਦ ਰੱਖ ਲਿਓ ਕুতਬਉਦੀਨ ਠੀਕ ਹੈ ਇਹਨਾਂ ਕੋਲ ਕੀ ਪੜਨ ਗਏ ਸੀਗੇ ਜੀ ਫਾਰਸੀ ਭਾਸ਼ਾ ਪੜਨ ਗਏ ਸੀਗੇ ਓਕੇ ਤਾਂ ਇਹ ਵੀ ਯਾਦ ਰੱਖ ਲਿਓ ਠੀਕ ਹੈ ਜੀ ਅੱਛਾ ਫਿਰ ਜਦੋਂ 9 ਸਾਲ ਦੇ ਹੋਏ ਸੀਗੇ ਉਦੋਂ ਫਿਰ ਇਹਨਾਂ ਨੂੰ ਜਨਯੂਬ ਦੀ ਰਸਮ ਜਿਹੜੀ ਕੀਤੀ ਗਈ ਸੀ ਹਨਾ ਇਹ ਵੀ ਯਾਦ ਰੱਖ ਲਿਓ 20 ਰੁਪਏ ਦਾ ਸੌਦਾ ਯਾਦ ਰੱਖ ਲਿਓ ਹਨਾ ਸੋ ਇਹਨਾਂ ਨੇ ਨੌਕਰੀ ਕਿੱਥੇ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਕੀਤੀ ਸੀ ਹਨਾ ਕਿੰਨਾਂ ਦੇ ਕਾਰਖਾਨੇ ਵਿੱਚ ਕੀਤੀ ਸੀ ਦੌਲਤਖਾਨਾ ਲੋਧੀ ਉਹਦੇ ਕੋਲ ਨੌਕਰੀ ਕੀਤੀ ਸੀਗੀ ਤੇ ਇਹਨਾਂ ਦੇ ਜੀਜਾ ਜੀ ਦਾ ਕੀ ਨਾਮ ਸੀਗਾ ਜੀ ਜੈਰਾਮ ਸੀਗੇ ਠੀਕ ਹੈ ਸੋ ਸਾਰੇ ਪੁਆਇੰਟ ਬੜੇ ਹੈਵੀ ਪੁਆਇੰਟ ਨੇ ਯਾਦ ਰੱਖ ਲਿਓ ਜੈਰਾਮ ਕੌਣ ਸੀ ਇਹਨਾਂ ਦੇ ਜੀ ਪ੍ਰਾਉਣਾ ਸੀਗਾ ਇਹਨਾਂ ਦੇ ਠੀਕ ਹੈ ਪ੍ਰਾਉਣਾ ਦਾ ਨਾਮ ਸੀ ਜੈਰਾਮ ਓਕੇ ਸੋ ਸਾਰੀਆਂ ਗੱਲਾਂ ਆਪਾਂ ਬੱਸ ਕਰ ਹੀ ਲਈਆਂ ਨੇ ਹਨਾ ਗੱਲ ਵੀ ਆਪਾਂ ਪੜਿਆ ਸੀਗਾ ਅੱਛਾ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਇਹ ਗੱਲ ਮੈਨੂੰ ਲਿਖ ਕੇ ਦੱਸਣੀ ਹੈ ਠੀਕ ਹੈ ਜੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤ ਹੋਈ ਤਾਂ ਉਹ ਕਿਸ ਨਦੀ ਦੇ ਕੰਢੇ ਤੇ ਹੋਈ ਸੀਗੀ ਠੀਕ ਹੈ ਕਿਸ ਨਦੀ ਦੇ ਕੰਢੇ ਤੇ ਮੈਂ ਆਨਸਰ ਕਰੂੰਗਾ ਠੀਕ ਹੈ ਇਹਦਾ ਨੈਕਸਟ ਵੀਡੀਓ ਦੇ ਵਿੱਚ ਕਰ ਦੂੰ ਆਨਸਰ ਜਾਂ ਮੈਂ ਇਸੇ ਹੀ ਵੀਡੀਓ ਦੇ ਨੀਚੇ ਮੈਂ ਕਮੈਂਟ ਬਾਕਸ ਦੇ ਵਿੱਚ ਨਾ ਪਿੰਨ ਕਰ ਦੂੰਗਾ ਹਨਾ ਉੱਥੇ ਤੁਸੀਂ ਪੜਨ ਲਿਓ ਓਕੇ ਫਰਸਟ ਕੁਐਸਚਨ ਮੈਂ ਕੀ ਕਿਹਾ ਜੀ ਇਹ ਨਦੀ ਕਿਸ ਨਦੀ ਦੇ ਕਿਨਾਰੇ ਉਹ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਗਿਆਨ ਦੀ ਪ੍ਰਾਪਤ ਹੋਈ ਸੀਗੀ ਹਨਾ ਇੱਕ ਕੁਐਸਚਨ ਹੋ ਗਿਆ ਦੂਸਰਾ ਕੁਐਸਚਨ ਸੁਣੋ ਮੇਰੇ ਤੋਂ ਕੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਰਾਗ ਨੇ ਠੀਕ ਹੈ ਕਿੰਨੇ ਰਾਗਾਂ ਦੇ ਵਿੱਚ ਬਾਣੀ ਲਿਖੀ ਗਈ ਆ ਇਹਦਾ ਤੁਸੀਂ ਮੈਨੂੰ ਆਨਸਰ ਕਰਿਓ ਓਕੇ ਤਾਂ ਇਹਨਾਂ ਨੇ ਮਤਲਬ ਦੱਸ ਦੇਣਾ ਇਹਨਾਂ ਨੇ ਨਾ ਇੱਕ ਬਾਬਰ ਬਾਣੀ ਲਿਖੀ ਸੀਗੀ ਕਿਦੇ ਬਾਬਰ ਬਾਣੀ ਲਿਖੀ ਸੀ ਹੈਨਾ ਕਿ ਕਿੰਨਾ ਦੇ ਖਿਲਾਫ ਲਿਖੀ ਸੀਗੀ ਬਾਬਰ ਦੇ ਖਿਲਾਫ ਲਿਖੀ ਸੀ ਹੈ ਨਾ ਕਿਉਂਕਿ ਪਾਪਾ ਦੀ ਜਾਂਚ ਕਿਹਾ ਜਾਂਦਾ ਸੀਗਾ ਸੋ ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਪੁਆਇੰਟ ਨੇ ਪਾਈ ਹੈ ਨਾ ਤੁਸੀਂ ਯਾਦ ਰੱਖਿਓ ਓਕੇ ਨੈਕਸਟ ਕੁਐਸਚਨ ਕਿਵੇਂ ਲੱਗ ਰਿਹਾ ਠੀਕ ਠਾਕ ਹੋ ਠੀਕ ਹੈ ਕਿਤੇ ਇਹ ਨਾ ਹੋਵੇ ਕਿਤੇ ਸਰ ਜੀ ਬਾਲਾ ਹੋਏ ਵੀ ਕੰਮ ਹੋ ਗਿਆ ਤੁਸੀਂ ਬੀਏ ਬੇਸ ਦੇ ਬੱਚਿਆਂ ਨੂੰ ਟੈਸਟ ਲੈਣਾ ਠੀਕ ਹੈ ਨਾ ਸੋ ਬੀਏ ਦੇ ਬੱਚੇ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਗੱਲਾਂ ਬਾਤਾਂ ਨਾ ਪਤਾ ਹੋਣ ਉਰਪਾਸ ਸਿੱਖਾਂ ਦੇ ਬੱਚੇ ਹੋਈਏ ਔਰ ਪੰਜਾਬ ਦੇ ਵਿੱਚ ਰਹਿੰਦੇ ਹੋਈਏ ਤਾਂ ਦੇਖੋ ਕਿੰਨੀ ਮਾੜੀ ਗੱਲ ਹੋਊਗੀ ਠੀਕ ਹੈ ਸੋ ਇਹ ਤੁਸੀਂ ਵੀਡੀਓ ਦੁਬਾਰਾ ਸੁਣ ਲੈ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਪਰ ਤੁਹਾਨੂੰ ਚੀਜ਼ਾਂ ਆਉਣੀਆਂ ਜ਼ਰੂਰ ਚਾਹੀਦੀਆਂ ਨੇ ਹਨਾ ਸੋ ਆਉਣ ਵਾਲੇ ਦਿਨਾਂ ਵਿੱਚ ਆਪਾਂ ਲਾਈਵ ਸੈਸ਼ਨ ਵੀ ਰੱਖਾਂਗੇ ਤੁਸੀਂ WhatsApp ਗਰੁੱਪ ਤੁਸੀਂ ਜ਼ਰੂਰ ਜੁਆਇਨ ਕਰ ਲਿਓ ਓਕੇ ਚਲੋ ਜੀ ਇਹ ਕਹਿੰਦਾ ਹੈ ਕੀ ਕਹਿੰਦਾ ਅਕਾਲ ਤਖਤ ਸਾਹਿਬ ਦੀ ਜਿਹੜਾ ਨੀ ਪੱਥਰ ਸੀਗਾ ਨਾ ਜਿਹੜਾ ਨੀ ਪੱਥਰ ਹੈ ਉਹ ਕਦਰ ਰੱਖਿਆ ਗਿਆ ਸੀਗਾ ਸੋ ਬੜਾ ਸਿੰਪਲ ਜਿਹਾ ਆਨਸਰ ਹੈ ਜੀ ਹੁਣੀ ਮੈਂ ਦੱਸ ਕੇ ਗਿਆ ਨਹੀਂ ਦੱਸਿਆ ਹਨਾ ਹੁਣ ਸੁਣ ਲਓ ਡੀ অপਸ਼ਨ ਆਨਸਰ ਬਣੂਗਾ ਆਪਣਾ 1609 ਦੇ ਵਿੱਚ ਠੀਕ ਹੈ ਸੋ ਅਕਾਲ ਤਖਤ ਜਿਹੜਾ ਨੀ ਪੱਥਰ ਹੈ ਜੋ 6ਵੇਂ ਗੁਰੂ ਸਾਹਿਬਾਨ ਨੇ ਰੱਖਿਆ ਸੀਗਾ ਹਨ ਜਿਨ੍ਹਾਂ ਦਾ ਨਾਮ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਹੈ ਠੀਕ ਹੈ ਹਰਗੋਬਿੰਦ ਸਾਹਿਬ ਹੈ ਓਕੇ ਸੋ ਇਹ ਵੀ ਤੁਸੀਂ ਗੱਲ ਧਿਆਨ ਦੇ ਵਿੱਚ ਰੱਖ ਲਿਓ ਹਨ ਸੋ ਹਰਗੋਬਿੰਦ ਜੀ ਦਾ ਜਿਹੜਾ ਟਾਈਮ ਹੈ ਕਿੰਨਾ ਜੀ 1595 ਤੋਂ ਲੈ ਕੇ 1644 ਤੱਕ ਇਹਨਾਂ ਦਾ ਟਾਈਮ ਪੀਰੀਅਡ ਚੱਲੂਗਾ ਹਨ ਔਰ ਇਹ ਜਿਹੜੇ ਗੁਰੂ ਸਾਹਿਬਾਨ ਨੇ ਹਨ ਇਹਨਾਂ ਦੇ ਸਮੇਂ ਤੇ ਪਹਿਲੀ ਵਾਰੀ ਤਲਵਾਰ ਚੱਕੀ ਸੀ ਇਹਨਾਂ ਨੇ ਠੀਕ ਹੈ ਤਲਵਾਰ ਮਤਲਬ ਗੱਤਕਾ ਕਹਿ ਲਓ ਗੱਤਕਾ ਸਿਖਾਇਆ ਗਿਆ ਸੀ ਤਾਂ ਕਿ ਅਸੀਂ ਉਹਨਾਂ ਦਾ ਕਿ ਇਹਨਾਂ ਦੇ ਪਿਤਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਨਾ ਸੋ ਇਸੇ ਹੀ ਮਤਲਬ ਇਹਨਾਂ ਨੇ ਗੁੱਸੇ ਵਿੱਚ ਆ ਕੇ ਫਿਰ ਉਹਨਾਂ ਨੇ ਕੀ ਕੀਤਾ ਸੀਗਾ ਮੁਕਾਬਲਾ ਕੀਤਾ ਸੀ ਉਹਨਾਂ ਦਾ ਓਕੇ ਸੋ ਇਹ ਤੁਸੀਂ ਗੱਲ ਯਾਦ ਰੱਖ ਲਿਓ ਹਣਾ ਸੋ ਇਸ ਤੋਂ ਬਾਅਦ ਇਹਨਾਂ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਮੈਂ ਹੁਣੇ ਦੱਸ ਕਹਾਂ ਹਣਾ ਕਿਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਹਨਾ ਸੋ ਹੋਰ ਪੁਆਇੰਟ ਆਪਾਂ ਅੱਗੇ ਦੇਖਾਂਗੇ ਠੀਕ ਹੈ ਤੁਹਾਨੂੰ ਉਲਝਾਉਂਦਾ ਨਹੀਂ ਹੈਗਾ ਹੁਣ ਬਾਲਾ ਓਕੇ ਜੀ ਚਲੋ ਨੈਕਸਟ ਕੁਐਸਚਨ ਦੇਖੋ ਜੀ ਕੀ ਕਹਿੰਦਾ ਪੰਜਾਬ ਦਾ ਕਿਹੜਾ ਕਸਬਾ ਗੁਰੂ ਕੀ ਕਾਂਸੀ ਵਜੋਂ ਜਾਣਿਆ ਜਾਂਦਾ ਹੈ ਦੇਖੋ ਗੁਰੂ ਦੀ ਕਾਂਸੀ ਹਨਾ ਸੋ ਗੁਰੂ ਦੀ ਕਾਂਸੀ ਕੀ ਹੋਊਗਾ ਗੁਰੂ ਦੀ ਕਾਂਸੀ ਤਾਂ ਫਿਰ ਵੀ ਅੰਮ੍ਰਿਤਸਰ ਹੀ ਹੋਊਗਾ ਨਾ ਕਿਉਂਕਿ ਗੁਰੂ ਦੀ ਕਾਂਸੀ ਹੈ ਹਨਾ ਸੋ ਇਹ ਇੱਕ ਤੁਸੀਂ ਗੱਲ ਯਾਦ ਰੱਖ ਲਿਓ ਭਾਈ ਇਹ ਅੰਮ੍ਰਿਤਸਰ ਨੂੰ ਹੀ ਕਹਿੰਦੇ ਸੀਗੇ ਓਕੇ ਸੋ ਇਹ ਬੜਾ ਸਿੰਪਲ ਜਿਹਾ ਆਨਸਰ ਸੀਗਾ ਬਾਕੀ ਆਪਾਂ ਪੁਆਇੰਟ ਦੇਖ ਕੇ ਆਏ ਸੀ ਹਨਾ ਓਕੇ ਚਲੋ ਬਚਿੱਤਰ ਨਾਟਕ ਜਿਹੜਾ ਕਿਸ ਦੀ ਆਤਮਖਤਾ ਹੈਗੀ ਹੈ ਹਨਾ ਸੋ ਬਚਿੱਤਰ ਨਾਟਕ ਇਹ ਹੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਹੈਗੀ ਹੈ ਦਸਵੇਂ ਗੁਰੂ ਸਹਿਬਾਨ ਨੇ ਜਿਨ੍ਹਾਂ ਦਾ ਜਨਮ 1666 ਤੋਂ ਲੈ ਕੇ 1708 ਦੇ ਵੇ ਤੱਕ ਇਹਨਾਂ ਦਾ ਟਾਈਮ ਪੀਰੀਅਡ ਰਿਹਾ ਹਨਾ ਸੋ ਇਸ ਸਿੱਖਾਂ ਦੇ ਪਹਿਲੇ ਗੋ ਗੁਰੂ ਨੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਸავਜਨਾ ਕੀਤੀ ਸੀਗੀ ਕਦੋਂ ਕੀਤੀ ਸੀ 1600 ਤੇ 99 ਦੇ ਵਿੱਚ ਕੀਤੀ ਸੀ ਹਨਾ ਸੋ ਇਹ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਨੇ ਹਨਾ ਔਰ ਇੱਕੋ ਹੀ ਪੁੱਤਰ ਨੇ ਜਿਹੜੀ ਕੀ ਕਹਿੰਦੀ ਸੀ ਨਾ ਸਵਾ ਲੱਖ ਸੇ ਇੱਕ ਲੜਾਉਣਾ ਹਨਾ ਸੋ ਉਹ ਗੱਲਾਂ ਬਾਤਾਂ ਆਪਾਂ ਕਰਾਂਗੇ ਇਹਨਾਂ ਦੇ ਨਾਲ ਰਿਲੇਟਡ ਕਰਾਂਗੇ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਇਹਨਾਂ ਦੇ ਇਹਨਾਂ ਦੀਆਂ ਤਿੰਨ ਸੀਗੀਆਂ ਵਾਈਫ ਸੀਗੀਆਂ ਹਨਾ ਤੀਜੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਬਾਦਸ਼ਾਹ ਦੇ ਗਿਆ ਹਨਾ ਸੋ ਚਾਰ ਇਹਨਾਂ ਦੇ ਪੁੱਤਰ ਸੀਗੇ ਹਨਾ ਯਾਦ ਰੱਖ ਲਿਓ ਦੋ ਪੁੱਤਰਾਂ ਨੂੰ ਨੀਆਂ ਦੇ ਵਿੱਚ ਚਨਾਇਆ ਗਿਆ ਸੀਗਾ ਹਨਾ ਦੋ ਪੁੱਤਰ ਇਹਨਾਂ ਦੇ ਜਿਹੜਾ ਹੈਗਾ ਸੀ ਜਿਹੜਾ ਯੁੱਧ ਦੇ ਵਿੱਚ ਸ਼ਹੀਦ ਹੋ ਗਏ ਸੀ ਹਨਾ ਸੋ ਇਹ ਤੁਸੀਂ ਗੱਲਾਂ ਬਾਤਾਂ ਧਿਆਨ ਚ ਰੱਖ ਲਿਓ ਓਕੇ ਦੇਖੋ ਜੀ 1699 ਦੇ ਵਿੱਚ ਖਾਲਸਾ ਪੰਥ ਸਾਜਣ ਵਾਲੀ ਸਿੱਖ ਗੁਰੂ ਦਾ ਨਾਮ ਦੱਸੋ ਤਾਂ ਮੈਂ ਆਪਾਂ ਹੁਣੇ ਦੱਸ ਕੇ ਆਇਆ ਜੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੇ 1699 ਦੇ ਵਿੱਚ ਕੀ ਕੀਤਾ ਸੀਗਾ ਜੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਕਦੋਂ ਕੀਤੀ ਸੀ ਜੀ 30 ਮਾਰਚ ਨੂੰ ਕੀਤੀ ਸੀਗੀ ਠੀਕ ਹੈ ਨਾ ਪਰ ਮਨਾਇਆ ਕਦੋਂ ਜਾਂਦਾ ਜੀ 13 April ਨੂੰ ਮਨਾਇਆ ਜਾਂਦਾ ਦੇਖੋ ਇਹਨਾਂ ਇਹਨਾਂ ਦੋਨਾਂ ਵਿੱਚ ਨਾ ਫਰਕ ਸਮਝ ਲਓ 30 ਮਾਰਚ ਨੂੰ ਸਥਾਪਨਾ ਕੀਤੀ ਹੈ ਤੇ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਠੀਕ ਹੈ ਨਾ ਯਾਦ ਰੱਖ ਲਿਓ ਭਾਈ ਓਕੇ ਚਲੋ ਦੇਖੋ ਜੀ ਪੰਜਾਬ ਵਿੱਚ ਕੁੱਲ ਕਿੰਨੇ ਤਖਤ ਨੇ ਦੇਖੋ ਤਖਤ ਆਗੇ ਹੁਣ ਦੇਖੋ ਤਖਤ ਬਹੁਤ ਇੰਪੋਰਟੈਂਟ ਹੈ ਮੈਂ ਤੁਹਾਨੂੰ ਦੱਸਾਂ ਕਵੈਸਚਨ ਪੱਕਾ ਪੁੱਛਣਗੇ ਇਸ ਤੋਂ ਤਾਂ ਕਿੰਨੇ ਤਖਤ ਨੇ ਪੰਜਾਬ ਦੇ ਵਿੱਚ ਅੱਛਾ ਕੁੱਲ ਕਿੰਨੇ ਨੇ ਜੀ ਕੁੱਲ ਹੈਗੇ ਜੀ 05 ਠੀਕ ਹੈ ਪਰ ਪੰਜਾਬ ਦੇ ਵਿੱਚ ਕਿੰਨੇ ਨੇ ਜੀ ਤਿੰਨ ਨੇ ਏ ਆਪਸ਼ਨ ਕੀ ਬਣ ਜੂਗਾ ਆਪਣਾ ਆਨਸਰ ਹੋ ਜੂਗਾ ਓਕੇ ਦੇਖੋ ਕਿਹੜੇ ਕਿਹੜੇ ਨੇ ਜੀ ਅਕਾਲ ਤਖਤ ਸਾਹਿਬ ਹੈ ਨਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਸਭ ਤੋਂ ਪੁਰਾਣਾ ਵੀ ਮੰਨਿਆ ਜਾਂਦਾ ਹੈ ਨਾ ਤਖਤ ਸ੍ਰੀ ਆਪਣਾ ਕੇਸਗੜ ਸਾਹਿਬ ਨੇ ਜਿਹੜਾ ਕਿ ਆਨੰਦਪੁਰ ਸਾਹਿਬ ਦੇ ਵਿੱਚ ਹੈ ਓਕੇ ਤਖਤ ਸ੍ਰੀ ਜਿਹੜਾ ਦਮਦਮਾ ਸਾਹਿਬ ਹੈ ਕਿੱਥੇ ਹੈ ਜੀ ਆਪਣਾ ਇਹ ਤਲਵੰਡੀ ਸਾਬੋ ਦੇ ਵਿੱਚ ਹੈ ਓਕੇ ਜੀ ਠੀਕ ਹੈ ਯਾਦ ਰੱਖ ਲਿਓ ਅ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਮ ਗਲਤ ਹੋ ਗਿਆ ਇੱਥੇ ਆਪਸ਼ਨ ਗਲਤ ਪਾਈ ਹੋਈ ਹੈ ਰਾਜੇ ਇੱਕ ਮਿੰਟ ਤੇ ਕੋ ਗੁਰੂ ਕੀ ਕਾਂਸੀ ਜੇਕਰ ਆ ਗਿਆ ਨਾ ਤਾਂ ਗੁਰੂ ਕੀ ਅੰਸ਼ਿਤਕ ਆਨਸਰ ਪਤਾ ਕਿ ਬਣੂਗਾ ਜੀ ਆਪਣਾ ਇਹ ਤਲਵੰਡੀ ਸਾਬੂ ਬਣੂਗਾ ਇੱਥੇ ਨਹੀਂ ਲਿਖਿਆ ਹੋਇਆ ਕਿ ਦੇ ਵੀ ਨਾ 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 ਗਲਤ ਹੋ ਗਿਆ ਮੈਂ ਵੀ ਸੋਚ ਰਿਆ ਸੀਗਾ ਤਲਵੰਡੀ ਸਾਬੂ ਠੀਕ ਹੈ ਤਲਵੰਡੀ ਸਾਬੂ ਠੀਕ ਹੈ ਸੋ ਸੌਰੀ ਸਟੂਡੈਂਟ ਮੇਰੇ ਧਿਆਨ ਚੋਂ ਥੋੜਾ ਜਿਹਾ ਨਿਕਲ ਗਿਆ ਤਾਂ ਤਲਵੰਡੀ ਸਾਬੂ ਇਹਦਾ ਆਨਸਰ ਆਊਗਾ ਓਕੇ ਗੁਰੂ ਕੀ ਕਾਂਸ਼ੀ ਕਿਹਾ ਜਾਂਦਾ ਹੈ ਹਨਾ ਸੋ ਪਲੀਜ਼ ਇਹਨੂੰ ਤੁਸੀਂ ਰੀਨੂ ਕਰ ਲਿਓ ਠੀਕ ਹੈ ਜੀ ਚਲੋ ਆਪਾਂ ਕਰਦੇ ਹਾਂ ਸੋ ਮੈਨੂੰ ਇੱਥੇ ਹੁਣ ਯਾਦ ਆਇਆ ਕਿ ਇਹਨੂੰ ਤਲਵੰਡੀ ਗੁਰੂ ਕੀ ਕਾਂਸ਼ੀ ਕਹਿੰਦੇ ਨੇ ਹਨਾ ਸੋ ਗੁਰੂ ਕੀ ਕਾਂਸ਼ੀ ਫਿਰ ਕਿ ਜੀ ਪਟਨਾ ਸਾਹਿਬ ਨੇ ਹਨਾ ਪਟਨਾ ਸਾਹਿਬ ਇਹ ਕਿੱਥੇ ਹੈ ਜੀ ਆਪਣਾ ਜੀ ਇਹ ਪਟਨਾ ਜਿਹੜਾ ਪਟਨਾ ਤਖਤਸ਼੍ਰੀ ਪਟਨਾ ਸਾਹਿਬ ਹੈ ਇਹ ਕਿੱਥੇ ਜੀ ਆਪਣਾ ਬਿਹਾਰ ਦੇ ਵਿੱਚ ਹੈ ਓਕੇ ਇਹ ਤਿੰਨ ਪੰਜਾਬ ਵਿੱਚ ਆ ਗਏ ਚੌਥਾ ਆ ਗਿਆ ਔਰ ਪੰਜਵਾਂ ਕਿੱਥੇ ਹੈ ਜੀ ਆਪਣਾ ਜੀ ਇਹ ਤਖਤਸ਼੍ਰੀ ਹਜੂਰ ਸਾਹਿਬ ਹੈ ਹਜੂਰ ਸਾਹਿਬ ਕਿੱਥੇ ਜੀ ਆਪਣਾ ਨੰਦੇੜ ਜਿਹਨੂੰ ਆਪਾਂ ਮਹਾਰਾਸ਼ਟਰ ਦੇ ਵਿੱਚ ਮੰਨਿਆ ਜਾਂਦਾ ਠੀਕ ਹੈ ਨਾ ਸੋ ਜਿਹੜਾ ਇਹ ਵਾਲਾ ਪਟਨਾ ਵਾਲਾ ਨਾ ਆਪਾਂ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਉਦੋਂ ਹੀ ਪੜਾਂਗੇ ਇਹਨਾਂ ਨੂੰ ਇਹ ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਸੀਗੇ ਓਕੇ ਸੋ ਪੰਜੇ ਤਖਤ ਨੇ ਯਾਦ ਰੱਖ ਲਿਓ ਤਿੰਨ ਤਖਤ ਜਿਹੜੇ ਨੇ ਪੰਜਾਬ ਦੇ ਵਿੱਚ ਨੇ ਇੱਕ ਤਖਤ ਬਿਹਾਰ ਦੇ ਵਿੱਚ ਹੈ ਔਰ ਇੱਕ ਤਖਤ ਆਪਣਾ ਮਹਾਰਾਸ਼ਟਰ ਦੇ ਵਿੱਚ ਹੈ ਓਕੇ ਸੋ ਗੁਰੂ ਕੀ ਕਾਂਸ਼ੀ ਕੌਣ ਆ ਜੀ ਤਲਵੰਡੀ ਸਾਬੋ ਹੈ ਯਾਦ ਰੱਖ ਲਿਓ ਬਾਈ ਬਣ ਕੇ ਨਾ ਸੋ ਉਹ ਮੈਂ ਸੌਰੀ ਟੂ ਸੇ ਮਤਲਬ ਇਹਨੂੰ ਆਪਾਂ ਕਰੈਕਟ ਕਰ ਲਿਓ ਠੀਕ ਹੈ ਇਹਨੂੰ ਕਰੈਕਟ ਕਰ ਲਿਓ ਵਿੱਚ ਆਪਸ਼ਨ ਹੀ ਸੀਗੀ ਔਰ ਮੇਰੇ ਦਿਮਾਗ 'ਚ ਫਿਰ ਅਮਰਸਰੀ ਆ ਗਿਆ ਹੈ ਨਾ ਚਲੋ ਕੋਈ ਗੱਲ ਨਹੀਂ ਚਲੋ ਜੀ ਨੈਕਸਟ ਕਰਦੇ ਆਪਾਂ ਉਹ ਕਹਿੰਦੇ ਛੇਰ ਸਾਹ ਜਿਹੜਾ ਸੂਰੀ ਸੀ ਨਾ ਉਹ ਕਿਸ ਗੁਰੂ ਦੇ ਸਮੇਂ ਰਾਜਾ ਸੀਗਾ ਦੇਖੋ ਤਾਂ ਇਹਦਾ ਤੁਹਾਨੂੰ ਤੁਸੀਂ ਕਹੋਗੇ ਵੀ ਲੈ ਜੀ ਸਰ ਜੀ ਤੁਸੀਂ ਬਣਾਇਆ ਨਹੀਂਗਾ ਪਰ ਮੈਂ ਤੁਹਾਨੂੰ ਪੜਾਉਣਾ ਕਿਵੇਂ ਜਿਹੜਾ ਬਾਬਰ ਸੀ ਨਾ ਬਾਬਰ ਬਾਬਰ ਦਾ ਮੁੰਡਾ ਸੀਗਾ ਜੀ ਹਮਾਇਉ ਹਣਾ ਹਮਾਇਉ ਰਹਾ ਜੀ ਆਪਣਾ 1530 ਤੱਕ ਲੈ ਗਏ 1500 ਤੇ 40 ਤੱਕ ਫਿਰ 40 ਤੋਂ ਬਾਅਦ ਪਤਾ ਕੀ ਹੋਇਆ ਜਿਹੜਾ ਛੇਰ ਸਾਹ ਸੂਰੀ ਆ ਗਿਆ ਇਹਨੇ ਅਟੈਕ ਕੀਤਾ ਇਹ ਭੱਜ ਗਿਆ ਔਰ ਜਦੋਂ ਇਹ 1555 ਪਤਾ ਲੱਗਿਆ ਵੀ ਭੱਜ ਗਿਆ ਇਹ ਮੱਲ ਕੋਣ ਸ਼ੇਰ ਸ਼ਸੂਰੀ ਵਾਪਸ ਚਲਾ ਗਿਆ ਤਾਂ 15 ਸਾਲਾਂ ਬਾਅਦ ਫਿਰ ਗੱਦੀ ਤੇ ਬੈਠਾ ਇੱਕ ਸਾਲ ਵਾਸਤੇ ਇਹ ਮਤਲਬ 1555 ਤੋਂ ਲੈ ਕੇ 1556 ਤੱਕ ਕੌਣ ਹਮਾਇਉ ਪਰ ਵਿੱਚ ਰਾਜ ਕੀਤਾ ਕਿਹਨੇ ਕੀਤਾ ਜੀ ਸ਼ੇਰ ਸ਼ਸੂਰੀ ਨੇ ਤੇ ਉਦੋਂ ਕਿਹਦਾ ਟਾਈਮ ਪੀਰੀਅਡ ਚੱਲ ਰਿਹਾ ਜੀ 1547 ਵੇਲੇ ਦੂਸਰੇ ਗੁਰੂ ਸਾਹਿਬਾਨ ਦਾ ਠੀਕ ਹੈ ਸੋ ਬੀ ਆਪਸ਼ਨ ਆਪਣਾ ਬਣ ਜਾਊਗਾ ਆਨਸਰ ਸ਼ੇਰ ਸ਼ਸੂਰੀ ਮੁਗਲ ਦਾ ਰਾਜਾ ਨਹੀਂ ਸੀਗਾ ਇਹ ਅਫਗਾਨਿਸਤਾਨ ਤੋਂ ਲੁੱਟਣ ਵਾਸਤੇ ਆਇਆ ਸੀਗਾ ਔਰ ਹਮਾਇਉ ਇੰਨਾ ਕਮਜ਼ੋਰ ਹੋ ਗਿਆ ਸੀਗਾ ਆਪਣੇ ਭਰਾਵਾਂ ਨਾਲ ਲੜਦੜ ਕੇ ਕਿਉਂਕਿ ਬਾਬਰ ਦੇ ਮੁੰਡੇ ਬਹੁਤ ਸੀ ਨਾ ਤੇ ਉਹਨਾਂ ਨੂੰ ਲੜਕੀ ਇਹ ਬਹੁਤ ਜ਼ਿਆਦਾ ਇੱਕੀ ਹੋ ਗਿਆ ਸੀਗਾ ਹਤੈਸ਼ ਹੋ ਗਿਆ ਸੀਗਾ ਜਿਸ ਕਰਕੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਿਆ ਛੇਰ ਸਾਸੂਰੀ ਦਾ ਇਸ ਕਰਕੇ ਇਹ ਭੱਜ ਗਿਆ ਮੈਦਾਨ ਛੱਡ ਕੇ ਓਕੇ ਤਾਂ ਇਸ ਕਰਕੇ ਫਿਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਹੈ ਜੀ ਪੌਂਟਾ ਸਾਹਿਬ ਕਿਸ ਗੁਰੂ ਸਾਹਿਬ ਨੇ ਵਸਾਇਆ ਸੀਗਾ ਓਕੇ ਸੋ ਪੌਂਟਾ ਸਾਹਿਬਾ ਹੁਣ ਦੱਸ ਕੀ ਗਿਆ ਜੀ ਗੁਰੂ ਜਿਹੜਾ ਹੈਗਾ ਆਪਣੇ ਗੋਬਿੰਦ ਸਿੰਘ ਜੀ ਨੇ ਬੀ ਆਪਸ਼ਨ ਬਣ ਜੂਗਾ ਆਨਸਰ ਠੀਕ ਹੈ ਨੰਦਪੁਰ ਸਾਹਿਬ ਦੀ ਜਿਹੜੀ ਸਥਾਪਨਾ ਹੈਗੀ ਆ ਕਿਸ ਗੁਰੂ ਸਾਹਿਬਾਨ ਨੇ ਕੀਤੀ ਤਾਂ ਇਹ ਵੀ ਮੈਂ ਤੁਹਾਨੂੰ ਦੱਸ ਕੇ ਆ ਜਿਹੜਾ ਪਹਿਲੇ ਕੁਐਸਚਨ ਦੇ ਵਿੱਚ ਹੈ ਨਾ ਸੋ ਆਪਸ਼ਨ ਨੰਬਰ ਏ ਬਣੂਗਾ ਜੀ ਗੁਰੂ ਤੇਗ ਬਹਾਦਰ ਜੀ ਨੇ ਸਥਾਪਨਾ ਕੀਤੀ ਸੀਗੀ ਏ ਆਪਸ਼ਨ ਬਣ ਜਾਊਗਾ ਆਨਸਰ ਓਕੇ ਕਿਸ ਗੁਰੂ ਜੀ ਦੇ ਸਮੇ ਸਿੱਖ ਸਿਆਣਾ ਦਾ ਗਠਨ ਹੋਇਆ ਹੁਣ ਮੈਂ ਦੱਸੂਗਾ ਕੌਣ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਆਪਣੇ ਡੀ ਆਪਸ਼ਨ ਕੀ ਬਣ ਜਾਊਗਾ ਆਨਸਰ ਕਿਮੇ ਗੁਰੂ ਸਾਹਿਬਾਨ ਬਾਰੇ ਆਪਾਂ ਥੋੜੀਆਂ ਬਤ ਗੱਲਾਂ ਹੁਣ ਦੇਖਾਂਗੇ ਕਿਉਂਕਿ ਠੀਕ ਹੈ ਦੇਖੋ ਜੀ ਇਹਨਾਂ ਦੇ ਸਮੇਂ ਤੇ ਦੇਖੋ ਜੀ ਮਿਲਟਰੀ ਆਪਾਂ ਸਿੱਖੀ ਲਈ ਜਾਣ ਵੀ ਸਿੱਖ ਸੈਨਾ ਸ਼ੁਰੂ ਹੋਇਆ ਹਨਾ ਇਹਨਾਂ ਦੇ ਸਮੇਂ ਅਕਾਲ ਤਖਤ ਬਣਿਆ ਜੀ ਹਨਾ ਦੂਜੀ ਗੱਲ ਯਾਦ ਰੱਖ ਲਿਓ ਠੀਕ ਹੈ ਜੀ ਇਹਨਾਂ ਦੇ ਸਮੇਂ ਤੇ ਇਹਨਾਂ ਦੇ ਸਮੇਂ ਤੇ ਕਿਲੇ ਮੈਂ ਨੋਟ ਲਿਖੂਗਾ ਠੀਕ ਹੈ ਕਿਲੇ ਮੈਂ ਲਿਖ ਕੇ ਲੈ ਗਿਆ ਸੀਗਾ ਅ ਇੱਕ ਮਿੰਟ ਇੱਕ ਮੈਂ ਚਲੋ ਅੱਗੇ ਕੁਐਸਚਨ ਆਊਗਾ ਉੱਥੇ ਕਿਲਾ ਲਿਖਿਆ ਹੋਇਆ ਤਾਂ ਕਿਲੇ ਲਿਖੇ ਸੀ ਇਹਨਾਂ ਨੇ ਜੀ ਤਿੰਨ ਕਿਲੇ ਬਣਾਏ ਨੇ ਹਨਾ ਸੋ ਕਿਹੜੇ ਕਿਹੜੇ ਕਿਲੇ ਨੇ ਇਹਨਾਂ ਨੇ ਸਮੇਂ ਕਿੜੇ ਜੀ ਲੋਹਗੜ੍ਹ ਦਾ ਕਿਲਾ ਇਹਨਾਂ ਨੇ ਬਣਾਇਆ ਗਿਆ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਦੋ ਕਿਲੇ ਆਪਾਂ ਹੋਰ ਦੇਖਾਂਗੇ ਠੀਕ ਹੈ ਅੱਛਾ ਜੀ ਇੱਕ ਤੁਸੀਂ ਗੱਲ ਧਿਆਨ ਦੇ ਵਿੱਚ ਹੋਰ ਰੱਖਿਓ ਕਿਹੜੀ ਜੀ ਢਾਡੀ ਪ੍ਰਥਾ ਢਾਡੀ ਪ੍ਰਥਾ ਕਿ ਇਹਨਾਂ ਨੇ ਸ਼ੁਰੂ ਕੀਤੀ ਸੀਗੀ ਇਹ ਵੀ 6ਵੇਂ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀਗੀ ਹਨਾ ਸੋ ਕਲਗੀ ਕਿ ਇਹਨਾਂ ਨੇ ਸ਼ੁਰੂ ਕੀਤੀ ਸੀ ਕਲਗੀ ਵੀ ਭਾਈ ਇਹਨਾਂ ਨੇ ਸ਼ੁਰੂ ਕੀਤੀ ਸੀ ਓਕੇ ਸੋ ਲੋਹਗੜ੍ਹ ਦਾ ਜਿਹੜਾ ਜਿਹੜਾ ਮੈਂ ਲੋਹਗੜ੍ਹ ਦਾ ਕਹਣਾ ਕਿੱਥੇ ਹੈ ਜੀ ਇਹ ਅੰਮ੍ਰਿਤਸਰ ਦੇ ਵਿੱਚ ਹੈ ਹਨਾ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਓਕੇ ਚਲੋ ਜੀ ਸੋ ਅ ਅੱਛਾ ਜੀ ਇੱਕ ਪੈਨ ਤੁਹਾਨੂੰ ਹੋਰ ਦੱਸ ਦਾਂ ਬੜਾ ਸੌਖਾ ਜਾ ਬੜਾ ਸੌਖਾ ਜਾ ਯਾਦ ਰੱਖ ਲਿਓ ਇਹਨਾਂ ਨੇ ਨਾ ਘੋੜ ਘੋੜਸਵਾਰੀ ਸ਼ੁਰੂ ਕੀਤੀ ਸੀ ਘੋੜੇ ਦਾ ਨਾਮ ਕੀ ਸੀਗਾ ਜੀ ਗੁਲਬਾਗ ਤੇ ਦਿਲਬਾਗ ਗੁਲਬਾਗ ਤੇ ਦਿਲਬਾਗ ਕਿਹੜੇ ਗੁਰੂ ਸਾਹਿਬਾਨ ਦਾ ਨਾਮ ਸੀਗਾ ਜੀ ਇਹ 6 ਮਤਲਬ 6ਵੇਂ ਗੁਰੂ ਸਾਹਿਬਾਨ ਦੇ ਵੇਲੇ ਘੋੜੇ ਰੱਖੇ ਸੀ ਨਾ ਸੋ ਗੁਰੂ ਸਾਹਿਬਾ ਪਿਆਰ ਨਾਲ ਇਹਨੂੰ ਗੁਲਬਾਗ ਤੇ ਦਿਲਬਾਗ ਕਹਿੰਦੇ ਸੀ ਠੀਕ ਹੈ ਨਾ ਤਾਂ ਇਹ ਯਾਦ ਰੱਖ ਲਿਓ ਹਾਂ ਸਭ ਤੋਂ ਇੰਪੋਰਟੈਂਟ ਗੱਲ ਇਸ ਗੁਰੂ ਸਾਹਿਬਾਨ ਨੂੰ ਬੰਦੀ ਛੋੜ ਗੁਰੂ ਵੀ ਕਹਿੰਦੇ ਨੇ ਠੀਕ ਹੈ ਨਾ ਬੰਦੀ ਛੋੜ ਗੁਰੂ ਤੇ ਇੱਕ ਨਾਮ ਹੋਰ ਹੈ ਜਿਨ੍ਹਾਂ ਦਾ ਮੀਰੀ ਤੇ ਪੀਰੀ ਹੈ ਠੀਕ ਹੈ ਨਾ ਕਿਉਂਕਿ ਇਹਨਾਂ ਨੇ ਤਲਵਾਰ ਚੱਕੀ ਸੀ ਜ਼ੁਲਮ ਦੇ ਖਿਲਾਫ ਪਹਿਲੀ ਵਾਰ ਓਕੇ ਚਲੋ ਜੀ ਉਹ ਕਹਿੰਦੇ ਜੀ ਕਿਰਤਾਰਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ ਹੈ ਜੀ ਇਹਨਾਂ ਨੇ ਕੀਤੀ ਹੈ ਜੀ ਵੈਰੀ ਸਿੰਪਲ ਆਨਸਰ ਬਣੂਗਾ ਜੀ ਡੀ ਆਪਸ਼ਨ ਆਨਸਰ ਬਣ ਜਾਊਗਾ ਓਕੇ ਜੀ ਢਾਟੀ ਪ੍ਰਥਾ ਕਿੰਨਾ ਗੁਰੂ ਸਾਹਿਬਾਨ ਨੇ ਕੀਤੀ ਹੈ ਜੀ ਇਹਨਾਂ ਦਾ ਆਪਸ਼ਨ ਬਣ ਜਾਊਗਾ ਜੀ ਡੀ ਆਪਸ਼ਨ ਠੀਕ ਹੈ ਸਾਰੇ ਪੁਆਇੰਟ ਯਾਦ ਰੱਖ ਲਿਓ ਕਾਪੀ ਤੇ ਉੱਪਰ ਨੋਟ ਕਰ ਲਿਓ ਓਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੋਲ ਕੀਤੀ ਆ ਤਾਂ ਇਹ ਵੀ ਬੜਾ ਸੌਖਾ ਜਿਹਾ ਅਨਸਰ ਹੈ ਕਿ ਡੀ ਆਪਸ਼ਨ ਬੰਝੂ ਅਨਸਰ ਹੈ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਕੀਤੀ ਸੀ ਇਹਨਾਂ ਨੇ ਤਿੰਨ ਕਿਲੇ ਦੀ ਸਥਾਪਨਾ ਕੀਤੀ ਸੀ ਠੀਕ ਹੈ ਇਹਨਾਂ ਨੇ ਓਕੇ ਚਾਰ ਕਿਲੇ ਟੋਟਲ ਤਿੰਨ ਕਿਲੇ ਬਣਾਏ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕਿਲਾ ਬਣਾਇਆ ਸੀਗਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਲੋਹੜ ਦਾ ਕਿਲਾ ਠੀਕ ਹੈ ਚਲੋ ਜੀ ਨੈਕਸਟ ਕੁਸਚਨ ਜੀ ਕਿਸ ਗੁਰੂ ਸਾਹਿਬਾਨ ਦਾ ਜਨਮ ਤੇ ਜੋਤੀ ਜੋਤ ਸਮਾਨ ਇੱਕੋ 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 ਜਗ੍ਹਾ ਹੈਗਾ ਸਥਾਨ ਸਮਾਨ ਇੱਕ ਜੋਤੀ ਜੋਤ ਸਥਾਨ ਪੋਣਾ ਇੱਥੇ ਸੋਰੀ ਠੀਕ ਹੈ ਸਥਾਨ ਇੱਥੇ ਤਾਂ ਕਿੰਨਾ ਕਿਹੜੇ ਗੁਰੂ ਸਾਹਿਬਾਨ ਨੇ ਜੀ ਉਹ ਉਹ ਹੈਗਾ ਜੀ ਆਪਣੇ 7ਵੇਂ ਗੁਰੂ ਸਾਹਿਬਾਨ ਨੇ ਬੀ ਆਪਸ਼ਨ ਸ਼੍ਰੀ ਗੁਰੂ ਹਰ Rai ਦੇਖੋ ਸ਼੍ਰੀ ਗੁਰੂ ਹਰ Rai ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਦੇ ਟਾਈਮ ਤੇ ਕੋਈ ਬਹੁਤਾ ਮਤਲਬ ਵਿਸਤਾਰ ਨਹੀਂ ਹੋਇਆ ਠੀਕ ਹੈ ਜੀ ਹਾਂ ਇਹਨਾਂ ਸਮੇਂ ਇੱਕ ਚੀਜ਼ ਹੋਈ ਸੀ ਆਯੁਰਵੈਦਿਕ ਦਵਾਈਆਂ ਬਣ ਲੱਗੀਆਂ ਸੀਗੀਆਂ ਠੀਕ ਹੈ ਹਰਕ੍ਰਿਸ਼ਨ ਸਾਹਿਬ ਜੀ ਦੇ ਸੋਰੀ ਹਰ Rai ਹਰ Rai ਠੀਕ ਹੈ ਸਤਮੀ ਗੁਰੂ ਸਾਹਿਬਾਨ ਦੇ ਵੇਲੇ ਆਯੁਰਵੈਦਿਕ ਦਵਾਈਆਂ ਮੈਂ ਲੱਗੀਆਂ ਸੀ ਠੀਕ ਹੈ ਇਹਨਾਂ ਨੇ ਹਸਪੀਟਲ ਬਣਾਇਆ ਸੀਗਾ ਓਕੇ ਆਯੁਰਵੈਦਿਕ ਹਸਪੀਟਲ ਠੀਕ ਹੈ ਯਾਦ ਰੱਖ ਲਿਓ ਇਹਨਾਂ ਦਾ ਟਾਈਮ ਪੀਰੀਅਡ ਕਿੰਨਾ ਜੀ ਹਰ Rai ਸਾਹਿਬ ਗੁਰੂ ਸਾਹਿਬਾਨ ਦਾ ਜੀ 1630 ਤੋਂ ਲੈ ਕੇ 1661 ਹੈ ਔਰ ਇਹਨਾਂ ਦਾ ਬੜਾ ਛੋਟਾ ਸਮਾਂ ਹਰਕ੍ਰਿਸ਼ਨ ਜੀ ਦਾ ਕਿੰਨਾ ਜੀ 1656 ਤੋਂ ਲੈ ਕੇ 1664 ਦਾ ਸਮਾਂ ਹੈਗਾ ਓਕੇ ਸੋ ਬੜੇ ਪੁਆਇੰਟ ਨੂੰ ਯਾਦ ਰੱਖ ਲਿਓ ਇਹਨਾਂ ਦਾ ਸਮੇਂ ਕੀ ਹੋਇਆ ਸੀਗਾ ਜੀ ਹਰਿਕ੍ਰਿਸ਼ਨ ਦੇ ਸਮੇਂ ਚੇਚਕਨਾ ਦੀ ਬਿਮਾਰੀ ਫੈਲੀ ਸੀਗੀ ਬਸ ਇਹਨਾਂ ਦੇ ਸਮੇਂ ਤੇ ਇੱਕੋ ਹੀ ਪੁਆਇੰਟ ਹੈ ਚੇਚਕ ਦੀ ਬਿਮਾਰੀ ਫੈਲੀ ਸੀ ਇਹਨਾਂ ਨੇ ਇਹਨਾਂ ਨੂੰ ਉਸ ਦੇ ਨਾਲ ਹੀ ਇਹਨਾਂ ਦਾ ਕੀ ਹੋ ਗਿਆ ਸੀ ਜੋਤੀ ਜੋਰ ਸਮਾਗਮ ਸੀ ਇਨਫੈਕਸ਼ਨ ਹੋ ਗਈ ਸੀ ਠੀਕ ਹੈ ਸੋ ਇਹ ਤੁਸੀਂ ਪੁਆਇੰਟ ਧਿਆਨ ਚ ਰੱਖ ਲਿਓ ਚੱਕ ਨਾਨਕ ਕੀ ਕਿਸ ਸ਼ਹਿਰ ਦਾ ਪੁਰਾਣਾ ਨਾਮ ਹੈ ਜੀ ਇਹ ਹੈਗਾ ਜੀ ਆਪਣੇ ਜੀ ਆਨੰਦਪੁਰ ਸਾਹਿਬ ਜਿਹੜਾ ਕੀ ਆਪਣੇ ਆਨੰਦਪੁਰ ਸਾਹਿਬ ਨੌਵੇਂ ਗੁਰੂ ਸਾਹਿਬਾਨ ਨੇ ਜਿਹੜਾ ਕੀ ਕੀਤਾ ਸੀਗਾ ਬਣਾਇਆ ਸੀਗਾ ਓਕੇ ਕੋ ਚੱਕ ਨਾਨਕ ਦੀ ਯਾਦ ਰੱਖ ਲਈ ਭਾਈ ਓਕੇ ਸੋ ਇਹਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਰਚਨਾ ਹੈਗੀ ਹੈ ਨਾ ਰਚਨਾ ਦੱਸੋ ਤਾਂ ਜਪਜੀ ਸਾਹਿਬ ਆਪਾਂ ਕੀਤੀ ਹੈ ਦੇਖੋ ਜਪਜੀ ਸਾਹਿਬ ਹੈ ਜਪ ਸਾਈਬ ਸੋਰੀ ਜਪ ਇਹ ਜਪ ਜਿਹੜਾ ਜੇਕਰ ਥੱਲੇ ਔਂਕੜਾ ਕੀ ਨਾ ਤਾਂ ਇਹ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਜਾਊਗਾ ਠੀਕ ਹੈ ਇਹ ਜਪ ਸਾਈਬ ਹੈ ਠੀਕ ਹੈ ਜਪ ਜਪ ਸਾਈਬ ਸੋਰੀ ਤੇ ਜਾਪੀ ਪਾਉੜੀ ਠੀਕ ਹੈ ਜਪ ਸਾਈਬ ਹੈ ਜਪ ਜੀ ਸਾਹਿਬ ਕੋਣਾ ਦੀ ਇਹ ਇਹ ਫਰਸਟ ਗੁਰੂ ਸਾਹਿਬਾਨ ਹੈ ਓਕੇ ਚਲੋ ਜਫਰਨਾਮਾ ਜੀ ਬਿਲਕੁਲ ਇਹਨਾਂ ਨੇ ਲਿਖਿਆ ਹੈ ਚੰਡੀ ਦੀਵਾਰ ਜੀ ਇਹਨਾਂ ਨੇ ਲਿਖਿਆ ਹੈ ਤਾਂ ਆਪਸ਼ਨ ਕਿ ਬਣੂਗਾ ਜੀ ਡੀ ਆਪਸ਼ਨ ਬਣ ਜੂਗਾ ਦੇਖੋ ਤਿੰਨ ਬਣਨਾ ਤੇ ਇਹ ਹੋ ਗਿਆ ਬਾਕੀ ਤੁਸੀਂ ਦੇਖੋ 24 ਸਾਹ ਇਹਨਾਂ ਨੇ ਲਿਖਿਆ ਖਾਲਸ ਮਹਿਮਾ ਵੀ ਇਹਨਾਂ ਨੇ ਲਿਖਿਆ ਹੈ ਔਰ 75 ਨਾਟਕ ਵੀ ਇਹਨਾਂ ਨੇ ਲਿਖਿਆ ਹੈ ਦੇਖੋ 75 ਨਾਟਕ ਹੈ ਓਕੇ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਭਾਈ ਠੀਕ ਹੈ ਯਾਦ ਰੱਖ ਲਿਓ ਤੇ ਅੱਛਾ ਇੱਕ ਜਫਰਨਾਮਾ ਆਈ ਥਿੰਕ ਹਾਂ ਜਫਰਨਾਮਾ ਜਫਰਨਾਮੇ ਤੇ ਕੁਸ਼ਨ ਆਇਆ ਸੀਗਾ ਇਹ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਤਾਂ ਤੁਸੀਂ ਯਾਦ ਰੱਖ ਲਿਓ ਭਾਈ ਇਹ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਫਾਰਸੀ ਭਾਸ਼ਾ ਓਕੇ ਚਲੋ ਹਾਂ ਆ ਰਹੇ ਤੈ ਇਹ ਕਿਹੜੇ ਜੀ ਨੰਦਗੜ ਦਾ ਹੋਲਗੜ ਦਾ ਤੇ ਲੋਹਗੜ ਦਾ ਕਿਲ੍ਹਾ ਹੈ ਹਨਾ ਇਹ ਤੁਸੀਂ ਧਿਆਨ ਚ ਰੱਖ ਲਓ ਇਹ ਵੀ ਇਨਾਂ ਨੇ ਬਣਾਏ ਸੀਗੇ ਓਕੇ ਚਲੋ ਦੇਖੋ ਜੀ ਆਨੰਦਪੁਰ ਦੀ ਲੜਾਈ ਕਦੋਂ ਹੋਈ ਹੈ ਹਨਾ ਸੋ ਵੈਰੀ ਸਿੰਪਲ ਹਨਾ ਜਿਨ੍ਹਾਂ ਨੇ ਪੜਿਆ ਆਨੰਦਪੁਰ ਦੀ ਲੜਾਈ ਪਹਿਲੀ ਜੇਕਰ ਮੈਂ ਗੱਲ ਕਰਾਂ ਤਾਂ ਉਹ ਕਦੋਂ ਹੋਈ ਹੈ ਜੀ ਆਨੰਦ ਦੇਖੋ ਲੜਾਈਆਂ ਇਨਾਂ ਦੇ ਸਮੇਂ ਬਹੁਤ ਹੋਈਆਂ ਠੀਕ ਹੈ ਜੀ ਪਰ ਆਪਾਂ ਯਾਦ ਰੱਖਣੀਆਂ ਨੇ 1 ਬਾਈ 1 ਕਰਕੇ ਠੀਕ ਹੈ ਦੇਖੋ ਆਨੰਦਪੁਰ ਸਾਹਿਬ ਦੀਆਂ ਦੋ ਲੜਾਈਆਂ ਹੋਈਆਂ ਦੇਖੋ ਇਹਦੇ ਵਿੱਚ 1701 ਆਪਸ਼ਨ ਬਣ ਜਾਊਗਾ ਆਨਸਰ ਡੀ ਆਪਸ਼ਨ ਕੀ ਹੋ ਜਾਊਗਾ ਬਿਲਕੁਲ ਸਹੀ ਆਨਸਰ ਹੋ ਜਾਵੇਗਾ ਓਕੇ ਇਸ ਤੋਂ ਬਾਅਦ ਮੈਂ ਤੁਹਾਨੂੰ ਸਾਰੀਆਂ ਲੜਾਈਆਂ ਲਿਖਤੀਆਂ ਜੀ ਭੰਗਾਣੀ ਦੀ ਲੜਾਈ ਤੇ ਨਦੌਨ ਦੀ ਲੜਾਈ ਹਾਂ ਤੁਹਾਨੂੰ ਇਹ ਪੁੱਛ ਸਕਦੇ ਆ ਕਿ ਖਾਲਸਾ ਬਣਨ ਤੋਂ ਪਹਿਲਾਂ ਕਿਹੜੀਆਂ ਕਿੰਨੀਆਂ ਲੜਾਈਆਂ ਹੋਈਆਂ ਜੀ ਦੋ ਲੜਾਈਆਂ ਹੋਈਆਂ ਠੀਕ ਹੈ ਕਿਉਂਕਿ 1600 ਜਿਹੜੀ ਨਿਮਤ ਵਿੱਚ ਕੀ ਬਣਿਆ ਜੀ ਆਪਣਾ ਖਾਲਸਾ ਬਣਿਆ ਠੀਕ ਹੈ ਜੀ ਇਹ ਧਿਆਨ ਚ ਰੱਖ ਲਿਓ ਪਰ ਇਸ ਤੋਂ ਬਾਅਦ ਫਿਰ ਕੀ ਬਣਿਆ ਜੀ ਆਪਣੇ ਕੋਲੇ ਇਹ ਮਤਲਬ ਖਾਲਸੇ ਤੋਂ ਬਾਅਦ ਦੀਆਂ ਲੜਾਈਆਂ ਹੋਈਆਂ ਠੀਕ ਹੈ ਇਹ ਕੁਐਸਚਨ ਬਣ ਸਕਦਾ ਹੈ ਕੀ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਕਿੰਨੇ ਜੁੱਧ ਹੋਏ ਦੋ ਜੁੱਧ ਹੋਇਆ ਪੰਗਾਣੀ ਤੇ ਲਦੌਣ ਫਿਰ ਅਨੰਦਪੁਰ ਸਾਹਿਬ ਹੈ ਨਰਮੋਹ ਹੈ ਅਨੰਦਪੁਰ ਦੀ ਦੂਜੀ ਲੜਾਈ ਹੈ ਚਮਕੋਤ ਸਾਬਾ ਖਿਦਰਾਣਾ ਹੈ ਠੀਕ ਹੈ ਤੁਸੀਂ ਯਾਦ ਕਰ ਸਕਦੇ ਹੋ ਭਾਈ ਓਕੇ ਚਲੋ ਉਹ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਕਿਸ ਮੁਗਲ ਨੇ ਸ਼ਹੀਦ ਕਰਵਾਏ ਸੀਗੇ ਠੀਕ ਹੈ ਦੇਖੋ ਹੁਣ ਦੇਖੋ ਜੀ ਇੱਕ ਤਾਂ ਸ਼ਹੀਦ ਕਰਵਾਏ ਸੀਗੇ ਜੀ ਉਹਨਾਂ ਨੇ ਕੀ ਨਾਮ ਸੀਗਾ ਜੀ ਉਹਨਾਂ ਦਾ ਨਾਮ ਸੀਗਾ ਜੀ ਆਪਣੇ ਪਹਿਲੇ ਸ਼ਹੀਦ ਗੁਰੂ ਪੰਜਵੇਂ ਕਿੰਨਣ ਕਰਾਇਆ ਸੀਗਾ ਜੀ ਇਹ ਜਹਾਂਗੀਰ ਨੇ ਪਰ ਇਹ ਗੁਰੂ ਤੇਗ ਬਹਾਦਰ ਜੀ ਦਾ ਸਮਾ ਆ ਗਿਆ ਤਾਂ ਔਰੰਗਜ਼ੇਬ ਉਹਨਾਂ ਦੇ ਲਾਸਟ ਲਈ ਕੀ ਸੀ ਕਿ ਮੁਗਲ ਰਾਜਾ ਉਹਨਾਂ ਨੇ ਸ਼ਹੀਦ ਕਰਵਾਇਆ ਸੀਗਾ ਠੀਕ ਆ ਔਰੰਗਜ਼ੇਬ ਓਕੇ ਸੋ ਇਹ ਤੁਸੀਂ ਧਿਆਨ ਚ ਰੱਖ ਲਿਓ ਬਾਕੀ ਇਹਨਾਂ ਦੇ ਕਿੰਨੇ ਸ਼ਲੋਕ ਨੇ ਗੁਰੂ ਤੇਗ ਬਹਾਦਰ ਜੀ ਦੇ 116 ਸ਼ਲੋਕ ਨੇ ਹਨਾ ਤੁਸੀਂ ਇਹ ਵੀ ਗੱਲ ਧਿਆਨ ਚ ਰੱਖ ਲਿਓ ਓਕੇ ਜੀ ਇਹ ਸ਼ਹੀਦ ਹੋਇਆ ਹਨਾ ਤੁਸੀਂ ਧਿਆਨ ਚ ਰੱਖ ਸਕਦੇ ਹੋ ਹਾਂ ਸਭ ਤੋਂ ਵੱਡੀ ਗੱਲ ਜਦੋਂ ਸਹੀਦ ਕੀਤੇ ਗਏ ਆ ਇਹਨਾਂ ਦੇ ਨਾ ਇੱਕ ਜਿਹੜਾ ਧੜ ਲੈ ਕੇ ਆਇਆ ਸੀਗਾ ਉਹਦਾ ਨਾਮ ਕੀ ਸੀਗਾ ਤੇ ਜਿਹੜਾ ਸਿਰ ਲੈ ਕੇ ਆਇਆ ਸੀ ਉਹਦਾ ਨਾਮ ਕੀ ਸੀਗਾ ਹਨਾ ਇਹਨਾਂ ਦੇ ਦੋ ਗੁਰਦੁਆਰੇ ਬਣੇ ਹੋਏ ਆ ਠੀਕ ਹੈ ਯਾਦ ਰੱਖਿਓ ਹੁਣ ਤੁਸੀਂ ਧਿਆਨ ਨਾਲ ਠੀਕ ਹੈ ਦੇਖੋ ਜਿਹੜਾ ਜਿਹੜਾ ਖਸ਼ੀਰ ਗੁਰੂ ਜੀ ਦਾ ਸੀਸ ਲੈ ਕੇ ਆਇਆ ਸੀ ਨਾ ਸੀਸ ਸਿਰ ਉਹਦਾ ਨਾਮ ਸੀਗਾ ਜੀ ਜੈਤਾ ਜੀ ਸੀਗੇ ਠੀਕ ਹੈ ਪਰ ਜਿਹੜਾ ਧੜ ਲੈ ਕੇ ਆਇਆ ਸੀਗਾ ਉਹਦਾ ਨਾਮ ਕੀ ਆ ਜੀ ਲੱਖੀ ਸ਼ਾ ਵੰਜਾਰਾ ਠੀਕ ਹੈ ਨਾ ਲੱਖੀ ਸ਼ਾ ਵੰਜਾਰਾ ਲੱਖੀ ਸ਼ਾ ਵੰਜਾਰਾ ਓਕੇ بس دوਨੇ پوائنٹس یاد رکھ ليو ਧੜ ਲੈ ਕੇ ਆ ਜੀ ਲੱਖੀਸ਼ਾ ਮੰਜਾਰਾ ਤੇ ਸਿਰ ਲੈ ਕੇ ਆ ਜੀ ਪਾਈ ਜੈਤਾ ਜੀ ਜਿਹਨੂੰ ਰੰਗ ਰੇਟੇ ਗੁਰੂ ਕੇ ਭੇਟੇ ਵੀ ਕਿਹਾ ਜਾਂਦਾ ਹੈ ਠੀਕ ਹੈ ਔਰ ਇੱਥੇ ਇਹਨਾਂ ਦਾ ਕੀ ਬਣਿਆ ਹੋਇਆ ਜੀ ਇਹ ਗੁਰਦੁਆਰੇ ਬਣੇ ਹੋਏ ਨੇ ਹਨ ਸੋ ਇਹ ਤਾਂ ਹੁਣ ਜੈਨੂਨ ਜੀ ਗੱਲ ਹੈ ਗੁਰਦੁਆਰੇ ਤਾਂ ਬਣ ਗਏ ਹਨਾ ਸੋ ਯਾਦ ਰੱਖ ਲਿਓ ਪਰ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਨੇ ਗੁਰੂ ਮਤਲਬ ਬਾਬੇ ਬਕਾਲੇ ਜਾ ਕੇ ਲੱਭਿਆ ਸੀਗਾ ਤਾਂ ਮੱਖਣ ਸ਼ਾਲਬਾਣਾ ਯਾਦ ਰੱਖ ਲਿਓ ਜਿਨ੍ਹਾਂ ਨੇ ਗੁਰੂ ਨੂੰ ਬਾਬੇ ਬਕਾਲੇ ਜਾ ਕੇ ਲੱਭਿਆ ਸੀਗਾ ਠੀਕ ਹੈ ਨਾ ਸੋ ਇਹ ਇੱਕ ਫੈਕਟ ਹੈ ਤੁਸੀਂ ਧਿਆਨ ਚ ਰੱਖ ਲਿਓ ਓਕੇ ਸੋ ਹਿੰਦ ਦੀ ਚਾਦਰ ਕਿਹਨੂੰ ਕਿਹਾ ਜਾਂਦਾ ਜੀ ਉਹ ਵੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਜਾਂਦਾ ਹੈ ਨਾ ਹਿੰਦ ਦੀ ਚਾਦਰ ਸੋ ਸਾਰੇ ਪੁਆਇੰਟ ਨੇ ਠੀਕ ਹੈ ਯਾਦ ਰੱਖਿਆ ਕਰੋ ਮੈਂ ਬੜੇ ਚਲੋ ਫਾਸਟ ਵੀ ਇਹਨਾਂ ਦੱਸ ਰਿਹਾ ਪਰ ਤੁਸੀਂ ਪੋਜ਼ ਕਰ ਲਿਆ ਕਰੋ ਠੀਕ ਆ ਨੋਟ ਲਿਖਿਆ ਕਰੋ ਸੁਣਿਆ ਕਰੋ ਹਨ ਜਦੋਂ ਤੁਸੀਂ ਕਾਪੀ ਬਣਾਲੀ ਤੁਸੀਂ ਇੱਕ ਵਾਰੀ ਲੈਕਚਰ ਨੂੰ ਫਿਰ ਸੁਣਿਆ ਕਰੋ ਠੀਕ ਹੈ ਸੋ ਉਹਦੇ ਵਿੱਚ ਕਈ ਵਾਰ ਤੁਹਾਨੂੰ ਕੋਈ ਪੁਆਇੰਟ ਹੁੰਦਾ ਮਿਸ ਹੋ ਜਾਂਦਾ ਹੈ ਹਨ ਸੋ ਸਾਰੇ ਪੁਆਇੰਟ ਤੁਹਾਨੂੰ ਫਿਰ ਬੜੇ ਅੱਛੇ ਤਰੀਕੇ ਨਾਲ ਕਲੀਅਰ ਹੋਣਗੇ ਸਭ ਤੋਂ ਅਖੀਰਲਾ ਕੁਐਸਚਨ ਹੈ ਜੀ ਕਲਗੀ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀਗੀ ਨਾ ਸੋ ਦੇਖੋ ਇਸੇ ਵਿੱਚ ਗੁਰੂ ਸਾਹਿਬਾਨ ਨੇ ਆਪਣੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਸੀ ਆਪਸ਼ਨ ਕੀ ਬਣੂਗਾ ਜੀ ਆਨਸਰ ਇਹ ਬੜਾ ਪਿਆਰਾ ਜਿਹਾ ਕੁਐਸਚਨ ਸੀਗਾ ਠੀਕ ਹੈ ਸੋ ਲਗਭਗ ਮੈਨੂੰ ਇਹ ਲੱਗ ਰਿਹਾ ਕਿ ਮੈਂ ਤੁਹਾਨੂੰ ਸਾਰੇ ਦੇ ਸਾਰੇ ਪੁਆਇੰਟ ਨਾ ਦੱਸ ਚੁੱਕਿਆ ਠੀਕ ਹੈ ਨਾ ਸੋ ਅਗਰ ਕੋਈ ਵੀ ਪੁਆਇੰਟ ਰੰਦਾ ਹੋਇਆ ਕੋਈ ਗੱਲ ਨਹੀਂ ਆਪਾਂ ਜਦੋਂ ਲਾਈਵ ਕਲਾਸ ਲਾਵਾਂਗੇ ਨਾ ਆਪਾਂ ਉਦੋਂ ਮਿਲਾਂਗੇ ਆਪਾਂ ਹਨਾ ਸੋ ਉਦੋਂ ਆਪਾਂ ਬਹੁਤ ਚੀਜ਼ਾਂ クリア ਕਰਾਂਗੇ ਠੀਕ ਹੈ ਸੋ ਇਹ ਚਿੰਤਾ ਨਹੀਂ ਕਰਨੀ ਕਿ ਇੱਕ ਵਾਰ ਜਿਹੜੀ ਗੱਟ ਪਾਣੀ ਲੰਘ ਗਿਆ ਕੋਈ ਗੱਲ ਨਹੀਂ ਆਪਾਂ ਆਪਣਾ ਹੀ ਪਾਣੀ ਠੀਕ ਹੈ ਆਪਾਂ ਵਾਪਸ ਫੇਰ ਲਿਆਵਾਂਗੇ ਹਨਾ ਕਿੰਦੰਦੇ ਆ ਕਿ ਜਿਹੜਾ ਪਾਣੀ ਲੰਘ ਗਿਆ ਵਾਪਸ ਨਹੀਂ ਆਣਾ ਪਰ ਕੋਈ ਨਹੀਂ ਆਪਾਂ ਮੋੜ ਲ ਸੋ ਤੁਸੀਂ WhatsApp ਗਰੁੱਪ ਜੁਆਇਨ ਕਰ ਲਿਓ ਠੀਕ ਹੈ राजे ਸੋ ਉਹਦੇ ਵਿੱਚ ਫਿਰ ਆਪਾਂ ਲਾਈਵ ਕਲਾਸਾਂ ਲਗਾਇਆ ਕਰਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਓਕੇ ਇਗਜ਼ਾਮ ਜਿਹੜਾ ਤੁਹਾਡਾ ਬੜੀ ਛੇਤੀ ਆ ਜਾਊਗਾ ਹਨਾ ਸੋ ਇਹ ਵੀ ਤੁਸੀਂ ਧਿਆਨ ਚ ਰੱਖ ਲਿਓ ਉਸ ਗਰੁੱਪ ਦੇ ਵਿੱਚ ਤੁਸੀਂ ਮੇਰੇ ਨਾਲ ਤਿੰਨ ਚਾਰ ਸਲਾਸਟ ਜੁੜੋਗੇ ਹਨਾ ਆਪਣਾ ਇਸ ਪੇਪਰ ਵਾਸਤੇ ਅੱਛਾ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਜਿਹੜੇ ਤੁਹਾਡੇ ਥਿਉਰੀ ਪੇਪਰ ਹੋਣੇ ਨੇ ETT ਪਹਿਲੇ ਸਾਲ ਦੇ ETT ਦੂਜੇ ਸਾਲ ਦੇ ਉਹਦੀਆਂ ਵੀ ਕਲਾਸਾਂ ਤੁਹਾਨੂੰ ਮਿਲਣਗੀਆਂ ਠੀਕ ਹੈ ਸੋ ਫੁੱਲ ਫਲੈਜ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਕਿ ਉਹ ਨਹੀਂ ਹੈਗਾ ਵੀ ਖਾਲਜ ਦਾ ਵਾੜਾ ਨਹੀਂ ਹੈਗਾ ਕਿ ਸਾਨੂੰ ਮਤਲਬ ਸੁਪਨੇ ਦਿਖਾ ਕੇ ਭਜਾਤਾਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੇ ਬੱਚੇ ਫਾਜ਼ਲਕਾ ਤੋਂ ਬਿਲੋਂਗ ਕਰਦੇ ਹਨ ਸੋ ਆਪਣੇ ਹਰੇਕ ਪੇਜ ਦੇ ਉੱਪਰ ਆਪਣਾ ਨੰਬਰ ਤੁਹਾਨੂੰ ਦੇ ਦਿੱਤਾ ਹੋਣਾ ਨਾ ਸੋਦਾ ਲਾਤੀ ਹੈ ਠੀਕ ਹੈ ਸੋ ਤੁਸੀਂ ਮੈਨੂੰ ਕਨੈਕਟ ਕਰ ਸਕਦੇ ਹੋ ਠੀਕ ਹੈ ਗੁਰਵਿੰਦਰ ਸਰ ਆਪਣਾ ਹੈਗਾ ਠੀਕ ਹੈ ਜਿਹੜੇ ਬੋਲ ਰਹੇ ਨੇ ਹਨ ਸੋ ਇਸੇ ਤਰੀਕੇ ਨਾਲ ਤੁਸੀਂ ਪਿਆਰ ਦਿਨਾ ਵੱਧ ਤੋਂ ਵੱਧ ਆਪਣੀਆਂ ਜਿਹੜੇ ਲੈਕਚਰਸ ਨੇ ਹਨ ਜੇ ਦਿਲ ਕਰਦਾ ਭਾਈ ਲਾਈਕ ਕਰ ਦਿਆ ਕਰੋ ਹਨ ਸ਼ੇਅਰ ਵੀ ਕਰ ਦਿਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਟੈਕਸ ਨਹੀਂ ਲੱਗਦਾ ਹਨ ਸੋ ਸਭ ਤੋਂ ਜਿਹੜਾ ਹੈਗਾ ਇਹ ਵਿਦਆਊਟ ਟੈਕਸ ਜਿਹੜੀ ਚੀਜ਼ ਹੈਗੀ ਹੈ ਨਾ ਇੱਕ ਲੰਗਰ ਦੇਖ ਇਹ ਓਕੇ ਸੋ ਮਿਲਦੇ ਆ ਫਿਰ ਆਪਾਂ ਹੋ ਸਕਦਾ ਤੁਹਾਨੂੰ ਨਾ ਇੱਕ ਤੁਹਾਨੂੰ ਮੈਂ ਦੱਸਾਂ ਵੀ ਇੱਕ ਦੋ ਦਿਨ ਤੁਹਾਨੂੰ ਸ਼ਾਇਦ ਲੈਕਚਰ ਆਈ ਥਿੰਕ ਨਾ ਮਿਲੇ ਹਨਾ ਸੋ ਕਿ ਮੈਂ ਆਊਟ ਆਫ ਦੀ ਸਟੇਸ਼ਨ ਜਾ ਰਿਹਾ ਹਨਾ ਸੋ ਕੋਸ਼ਿਸ਼ ਕਰੂੰਗਾ ਕਿ ਮੈਂ ਜੇਕਰ ਉੱਥੇ এনवायरमेंट ਹੋ ਗਿਆ ਰਿਕਾਰਡ ਕਰਨ ਦਾ ਤਾਂ ਜ਼ਰੂਰ ਤੁਹਾਨੂੰ ਲੈਕਚਰ ਮਿਲੂਗਾ ਅਦਰਵਾਈਜ਼ ਇੱਕ ਦੋ ਦਿਨ ਤੁਸੀਂ ਵੇਟ ਕਰ ਸਕਦੇ ਹੋ ਭਾਈ ਠੀਕ ਹੈ ਸੋ ਲੈਕਚਰ ਤੁਹਾਨੂੰ ਇਦਾਂ ਹੀ ਰੈਗੂਲਰ ਮਿਲਦੇ ਰਹਿਣਗੇ ਬਣੇ ਰਹੋ ਆਪਣੇ ਨਾਲ ਠੀਕ ਹੈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੈ ਹਿੰਦ ਮਿਲਦੇ ਆਂ ਫਿਰ ਆਪਾਂ ਨੈਕਸਟ ਲੈਕਚਰ ਦੇ ਵਿੱਚ ਔਰ ਹਾਂ ਤੁਸੀਂ ਜਿੱਤੇ ਵੀ ਤੁਸੀਂ WhatsApp ਸਟੇਟਸ ਲਾ ਕੇ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਕਰ ਸਕਦੇ ਹੋ ਕਿਉਂਕਿ ਪੀਐਸ ਟਟ ਦੀਆਂ ਕਲਾਸਾਂ ਵੀ ਆਪਣੀਆਂ ਸ਼ੁਰੂ ਹੋਣੀਆਂ ਫਸਟ ਪੇਪਰ ਦੀਆਂ ਸੋ ਫਿਰ ਆਪਾਂ ਮਿਲਦੇ ਆਂ ਜੀ ਸਾਰਿਆਂ ਨੂੰ ਸਬਸਕ੍ਰਾਈਬ ਜੈ ਹਿੰਦ